हाँ देखो जी ये पावर है जी जाना ता ये थोड़ा कट दी है लोग आ रीपर बनाते ने आ हाल होंगे लोगों वाले रीपर का बिजली आर पार निकल गई ਕੀਤਾ ਜੀ ਮੰਨ ਲਓ ਆਪਾਂ ਵੇਟ ਘੱਟ ਨਹੀਂ ਕੀਤਾ ਹੈਗਾ ਇਹ ਥੱਲੇ ਕੀ ਆਈ ਜਾਂਦਾ 72 ਕਿਲੋ ਆਈ ਜਾਂਦਾ ਹਾਂਜੀ 72 ਕਿਲੋ 70 72 ਕਿਲੋ ਪਿਛਲੇ ਸੀਜ਼ਨ ਦੀ ਆਊਗਾ ਜੀ ਸੋਨੇ ਮਾਰ ਕੇ ਦੇਖਣਾ ਸੋਨੇ ਮਾਰ ਕੇ ਦੇਖ ਲਓ ਮੈਥੋਂ ਪਾਸੇ ਆਸੇ ਵੱਜ ਗਿਆ ਮੂੰਹ ਨਾ ਪਾਲਾਂ ਲਾ ਲੈ ਵੀ ਇਹਨਾਂ ਦੇ ਵਿੱਚੋਂ ਪਤਾ ਨਹੀਂ ਕਿਹੜਾ ਮਾਲਪ੍ਰੀਤ ਜਾਣਾ ਯੂਪੀ ਪਤਾ ਨਹੀਂ ਐਮਪੀ ਮਹਾਰਾਸ਼ਟਰ ਬਾਹਲੀ ਦੂਰ ਤੱਕ ਮਾਲ ਜਾਂਦਾ ਜੇ ਜਗਸੀਰ ਨਾਲ ਆ ਕੇ ਗੱਲ ਕਰੀਏ ਤਾਂ ਫੋਨ 'ਤੇ ਹਿੰਦੀ 'ਚ ਗੱਲ ਉਨੀ ਹਿੰਦੀ 'ਚ ਕਰੀ ਜਾਂਦਾ ਹੁੰਦਾ ਉਨੀ ਪੰਜਾਬੀ 'ਚ ਕਰੀ ਜਾਂਦਾ ਹੁੰਦਾ ਮਤਲਬ ਕਹਿਣ ਤੋਂ ਭਾਵ ਇਹ ਆ ਵੀ ਸਾਰੇ ਇੰਡੀਆ ਦੇ ਵਿੱਚ ਇਹ ਬੰਦੇ ਦੇ ਰੀਪਰ ਆ ਜਿਹੜੇ ਡਿਲੀਵਰ ਹੁੰਦੇ ਆ ਇੱਕ ਗੱਲ ਵੱਖਰੀ ਆ ਜਿੰਨੇ ਵੀ ਰੀਪਰ ਬੰਦੇ ਵਰਤਦੇ ਆ ਸਾਰਿਆਂ ਨੂੰ ਅਲੱਗ ਗੱਲ ਪਤਾ ਇਹ 'ਚ ਕੀ ਆ ਇਹਦਾ ਰੀਪਰ ਆ ਜਿਹੜਾ ਉਹ ਦੂਜੇ ਚੱਕ ਸਿੱਧੇ ਚੱਕਰਾਂ ਦਾ ਮਤਲਬ ਆਮ ਆਪਾਂ ਪੁੱਠੇ ਘੇਰੇ ਵੱਢਣਾ ਪੈਂਦਾ ਆਪਾਂ ਨੂੰ ਪੁੱਠੇ ਘੇਰੇ ਵੱਢਦੇ ਫਿਰ ਮਾਲ ਬਾਹਰ ਨਿਕਲਦਾ ਇਹਦਾ ਸਿੱਧੇ ਘੇਰੇ ਜਿਵੇਂ ਆਪਾਂ ਹਲਾਂ ਨਾਲ ਵਾਹੁੰਦੇ ਹੁੰਦੇ ਹਾਂ ਉਸੇ ਲੋਟ ਹੀ ਵੱਢੀ ਜਾਓ ਪਿਛਲੇ ਸਾਲ ਇਹਦਾ ਜਿਹੜਾ ਰੀਪਰ ਆਪਾਂ ਇਹਦਾ ਗੇਅਰ ਤੋਲਿਆ ਸੀ ਹੁਣ ਮੈਨੂੰ ਚੇਤਾ ਨਹੀਂ ਯਾਰ ਕਿੰਨਾ ਸੀ ਵਾਹਵਾ ਭਾਰਾ ਸੀਗਾ ਜਾਂਦਾ ਆਮ ਗੇਅਰਾਂ ਨਾਲੋਂ ਇਹਦਾ ਚੰਗਾ ਭਾਰ ਸੀਗਾ ਇਹਦਾ ਐਗਤੀ ਆਪਾਂ ਪੁੱਛਦੇ ਹਾਂ ਹੌਲਾ ਤਾਂ ਨਹੀਂ ਕਰਤਾ ਕੀ ਗੱਲਬਾਤ ਆ ਕਿੱਧਰ ਉੱਠ ਗਿਆ ਜਗਸੀਰ ਸਿੰਘ ਬਿਲਖੂ ਉਹ ਫਿਰਦਾ ਕਿਵੇਂ ਹੋ ਰਿਹਾ ਕੀ ਹਾਲ ਆ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਨੂੰ ਐਂ ਦੱਸ ਵੀ ਵਿਕਣ ਲੱਗ ਗਏ ਤੇਰੇ ਵਾਲੇ ਹਾਂਜੀ ਕਿਤੇ ਹੌਲੇ ਤਾਂ ਨਹੀਂ ਕਰਤੇ ਬਈ ਕਮਾਈ ਵਾਲੀ ਕਰਨ ਲੱਗ ਗਿਆ ਹੁਣ ਨਹੀਂ ਜੀ ਨਹੀਂ ਨਹੀਂ ਕਮਾਈ ਵਾਲਾ ਤਾਂ ਮਸਲਾ ਅੱਡਾ ਜੀ ਬਈ ਆ ਜਿਵੇਂ ਗੇਅਰ ਅੱਗੇ ਪਿਛਲੀ ਵਾਰ ਆਪਾਂ ਤੋਲਿਆ ਸੀਗਾ ਵੀ ਕਿੰਨਾ ਸੀਗਾ ਆਪਣਾ 70 ਕਿਲੋ ਗੇਅਰ ਸੀਗਾ ਜੀ ਹਾਂ 70 ਕਿਲੋ ਦਾ ਗੇਅਰ ਹਾਂਜੀ ਇਹ ਐਗਤੀ ਇਹ 69 ਤਾਂ ਨਹੀਂ ਰਹਿ ਜੂਗਾ ਨਹੀਂ ਰਹਿੰਦਾ ਜੀ ਹੈ ਨਹੀਂ ਰਹਿੰਦਾ ਜੀ ਇਹ ਜੀ ਗੇਅਰ ਤਾਂ ਆਪਾਂ ਨੇ ਹੋਰ ਵੀ ਹੈਵੀ ਕਰਤਾ ਹਾਂ ਪਹਿਲਾ ਨੰਬਰ ਤਾਂ ਗੇਅਰ ਪਹਿਲਾਂ ਕੰਪਨੀਆਂ ਤੋਂ ਲੈਂਦੇ ਤੇ ਹੁਣ ਅਸੀਂ ਆਪਦਾ ਤਿਆਰ ਕਰਵਾ ਰਹੇ ਹਾਂ ਆ ਮਾਰਕਾ ਵੀ ਉੱਪਰ ਲੱਗਿਆ ਹੋਇਆ ਜਗਸੀਰ ਸਿੰਘ ਬਿਲਖੂ ਦੜਬਾ ਅੱਛਾ ਇਹਦੇ ਵਿੱਚ ਸ਼ਾਫਟਾਂ ਨੇ ਕਿਹੜੀਆਂ ਜੀ EN9D ਦੀ ਸ਼ਾਫਟ ਹੋਊ ਜੀ ਇਹ ਬਹੁਤ ਵਧੀਆ ਕੁਆਲਿਟੀ 'ਚ ਸ਼ਾਫਟ ਹੈ ARV ਦੇ ਬੈਰਿੰਗ SEI ਦੀ ਢਲਾਈ ਇਹਨੂੰ ਲੋਹੇ ਦੀ ਵਾਢੀ ਕਹਿ ਦਿੰਦੇ ਅਸੀਂ ਜੀ ਠੀਕ ਕੋਈ ਗਲਤ ਕਿਸੇ ਨੂੰ ਆਪਾਂ ਇਨਫੋਰਮੇਸ਼ਨ ਦਿੰਦੇ ਜਿਹੜੀ ਹੈਗੀ ਆ ਅਤੇ ਉਹੀ ਦੱਸਾਂਗੇ ਇਹ ਲੋਹੇ ਦੀ ਵਾਢੀ ਲੋਹੇ ਦੀ ਵਾਢੀ 'ਚ ਗੇਅਰ ਹੈ ਜੀ ਠੀਕ ਆ ਅਤੇ ਇਹਦਾ ਵੇਟ ਦੇਖ ਲਓ ਜੀ ਇੱਧਰ ਆਪਣਾ ਵੇਟ ਵੀ ਕੰਡੇ 'ਤੇ ਰੱਖਿਆ ਪਿਆ ਉਨਾ ਹੀ ਵੇਟ ਹੈ ਧਰਿਆ ਪਿਆ ਇਹ ਮੰਨ ਲਓ ਕਿਵੇਂ ਆਪਣਾ ਤਿਆਰ ਕਰਾ ਆਪਣਾ ਵੀ ਉਨਾ ਹੀ ਹੈਵੀ ਕੀਤਾ ਜੀ ਮੰਨ ਲਓ ਆਪਾਂ ਵੇਟ ਘੱਟ ਨਹੀਂ ਕੀਤਾ ਹੈਗਾ ਇਹ ਥੱਲੇ ਕੀ ਆਈ ਜਾਂਦਾ 72 ਕਿਲੋ ਆਈ ਜਾਂਦਾ ਹਾਂਜੀ 72 ਕਿਲੋ 70 72 ਕਿਲੋ ਪਿਛਲੇ ਸੀਜ਼ਨ ਦੀ ਉਨਾ ਹੀ ਵਜਣਾ ਇਸ ਵਾਰ ਜੀ ਇੱਚ ਉਸ ਤੋਂ ਬਾਅਦ ਜੀ ਕਿਹੜੇ ਆਪਾਂ ਇਹਦੇ ਵਿੱਚ ਸਟਾਰ ਪਾਉਣੇ ਆ ਆਹ ਦੇਖੋ ਜੀ ਦੋ ਉਂਗਲਾਂ ਜਿਹਨੇ ਮੋਟੇ ਦੰਦੇ ਦੇ ਸਟਾਰ ਨੇ ਜੀ ਵੀ ਟੁੱਟਣ ਦੀ ਤਾਂ ਗੁੰਜਾਇਸ਼ ਹੀ ਖਤਮ ਹੈ ਜੀ ਹਾਂ ਤੇ ਆਹ ਇਹਦਾ ਜਿਹੜਾ ਹੈਗਾ ਆਹ ਵਿੱਚ ਜਾਣਾ ਇਹ ਵਿੱਚ ਜਾਣਾ ਜੀ ਇਹ ਇਹਦੇ ਵਿੱਚ ਲੱਗਣਾ ਇਹ ਆਪਾਂ ਆਪਣੀ ਆਪਣੀ ਮਾਰਕੇ ਦੀ ਹੱਬ ਤਿਆਰ ਕਰਵਾਈ ਹੈ ਜੀ ਇਹ ਤੁਹਾਨੂੰ ਇਹਦੀ ਡੈਫੀਨੇਸ਼ਨ ਦੱਸੋ ਵੀ ਕੀ ਕੰਮ ਕਰਦੀ ਹੈ ਇਹ ਲੈ ਫਿਰ ਦੱਸ ਫਿਰ ਦੱਸੇਗਾ ਇਹ ਜੀ ਆ ਜਾਓ ਇਸੇ ਰੀਪਰ ਦੇ ਆ ਜਾਓ ਇਹ ਜੀ ਸਾਹਿਬ ਜੀ ਕਿਵੇਂ ਆਹ ਆਪਣੇ ਅੱਗੇ ਗਰਦਨ ਵਧਾਈ ਹੋਈ ਹੈ ਜੀ ਇਹ ਮੰਨ ਲਓ ਆਪਾਂ ਇਹ ਇਕੱਲਾ ਵੇਟ ਹੀ ਨਹੀਂ ਵਧਾਇਆ ਹੋਇਆ ਜਦੋਂ ਇਹਦੇ ਉਰੇ ਕ੍ਰੋਸ ਪੈ ਗਿਆ ਕ੍ਰੋਸ ਨੇ ਰੀਪਰ ਤੋਂ ਬਾਹਰ ਚੱਲਣਾ ਜਿਹੜਾ ਮਰਜ਼ੀ ਮੰਨ ਲਓ ਕੋਈ ਕਿਸਾਨ ਵੀਰ ਜਦੋਂ ਖਰਚੇ ਵਾਲਾ ਰੀਪਰ ਚਲਾਉਂਦਾ ਹੈ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਹੈ ਇਹ ਨਾ ਉੱਪਰੋਂ ਫੂਸ ਨਾਲ ਭਰ ਜਾਂਦਾ ਫੂਸ ਨੇ ਜਦੋਂ ਉਰੇ ਕ੍ਰੋਸ ਚੱਲਦਾ ਉਹ 'ਚ ਲਿਫਟ ਲਿਫਟ ਕੇ ਪਿੰਨਾ ਬਣ ਜਾਂਦਾ ਫਿਰ ਉਹਨੂੰ ਵੱਢਦਾ ਫਿਰ ਇਹਦਾ ਟਾਈਮ ਦੀ ਵੇਸਟਿੰਗ ਅਤੇ ਇਹਨੂੰ ਹੀਟ ਕਰ ਦਿੰਦਾ ਇਸੇ ਕਰਕੇ ਆਪਾਂ ਕ੍ਰੋਸ ਬਾਹਰ ਕੱਢਦਾ ਆਪਣਾ ਜਿਹੜਾ ਵੀ ਰੀਪਰ ਹੋਊਗਾ ਜੀ ਕ੍ਰੋਸ ਬਾਹਰ ਚੱਕੂਗਾ
ਇੱਧਰ ਹੀ ਚੱਲਣਾ ਫ੍ਰੀ ਜਗ੍ਹਾ 'ਚ ਮੈਂ ਸਮਝ। ਉਦੋਂ ਬਾਅਦ ਜੀ ਆਪਣਾ ਇਹਦੇ ਵਿੱਚ 6 ਲੀਟਰ ਤੇਲ ਪੈਂਦਾ। 6 ਲੀਟਰ ਮੰਨ ਲਓ ਤੇਲ ਇਕੱਲਾ ਵੱਧ ਪਾਉਣ ਦਾ ਮਸਲਾ ਨਹੀਂ ਹੈਗਾ ਜੀ, ਲੋਕਾਂ ਦੇ ਆਮ ਗੇਅਰਾਂ ਦੇ ਵਿੱਚ 2.5 ਤੋਂ 3 ਲੀਟਰ ਤੇਲ ਪੈਂਦਾ ਬਸ। ਉਹ ਜਦੋਂ ਚੱਲਦਾ ਜੀ ਲਗਾਤਾਰ ਲਗਾਤਾਰ ਚੱਲਣ ਨਾਲ ਤੇਲ ਹੋ ਜਾਂਦਾ ਗਰਮ ਗਰਮ ਹੋ, ਫਿਰ ਇਹਦੀਆਂ ਸੀਲਾਂ ਲੀਕ ਕਰਨ ਲੱਗ ਜਾਂਦਾ। ਹਾਂ ਇਹ ਸੀਲਾਂ ਮਚਾ ਦਿੰਦਾ, ਸੀਲਾਂ ਮਚਾ ਦਿੰਦਾ, ਫਿਰ ਥੱਲੋਂ ਜੀ ਉਹ ਲਿਬੜਿਆ ਜਾ ਰਹਿੰਦਾ, ਕਾਲਾ ਜੀ ਹੋਇਆ ਰਹਿੰਦਾ ਰੀਪਰ। ਇਹ ਆਪਾਂ ਇਹਦੀ ਕੰਪਲੇਂਟ ਖਤਮ ਕਰਤੀ, ਵੱਧ ਤੇਲ ਪਾਉਣ ਦਾ ਮਸਲੀ ਇਹ ਹੈ ਜੀ। ਨੰਬਰ 2 ਤੇ ਮੰਨ ਲਓ ਕਈ ਦੁਕਾਨਦਾਰ ਕੀ ਕਰਦੇ ਨੇ, ਖਾਲੀ ਗੇਅਰ ਹਕਾ ਦਿੰਦੇ ਨੇ। ਆਪਾਂ 6 ਦਾ 6 ਲੀਟਰ ਕੰਪਨੀ ਦਾ ਤੇਲ ਪਾ ਕੇ ਅਸੀਂ ਖੁਦ ਦੇਵਾਂਗੇ ਇਹਦੇ ਵਿੱਚ, ਅਗਲੇ ਨੇ ਜਾ ਕੇ ਖੇਤ 'ਚ ਇਕੱਲਾ ਗੇਅਰ ਲਾਉਣਾ, ਹੋਰ ਕੁਛ ਨਹੀਂ ਕਰਨਾ। ਤੇਲ ਪਾ ਕੇ ਦੇਵੇਗਾ, ਤੇਲ ਪਾ ਕੇ ਦੇਵਾਂਗੇ। ਤੇ ਜਿਹੜਾ ਇਹ 'ਤੇ ਆਮਲੇਟ ਬਣਦਾ ਉਹ ਨਹੀਂ ਬਣੂਗਾ? ਨਹੀਂ ਜੀ, ਉਹ ਜਣ ਦਾ ਕਿਸਾਨ ਦਾ ਨੁਕਸਾਨ ਆ ਵੀ ਜਿਹੜੀ ਚਾਹ ਬਣਦੀ ਸੀਗੀ ਚਾਹ ਨਹੀਂ ਬਣੂਗੀ। ਹਾਂਜੀ ਹਾਂ, ਉਹ ਕੀ ਅਗਲਾ ਜੀ ਦੇਸੀ ਦੂਸੀ ਤੇਲ ਕੰਪਨੀ ਦਾ ਤੇਲ ਪਾ ਕੇ ਦੇਵਾਂਗੇ। ਰੋਟੀਆਂ ਤੱਤੀਆਂ ਨਹੀਂ ਕਰ ਸਕਣਗੇ ਕਿਸਾਨ? ਨਹੀਂ ਨਹੀਂ ਹੁੰਦੀਆਂ ਜੀ, ਪਹਿਲਾਂ ਬਸ ਠੀਕ ਕਿ ਅੱਗੇ ਧੂੰਆਂ ਕੱਢਣ ਲੱਗ ਜਾਂਦਾ, ਅਲਾਰੋ ਗਰਮ ਹੋ ਗਏ ਜੀ ਆਪਣਾ ਤੇਲ ਧੂੰਆਂ ਨਹੀਂ ਕੱਢਦਾ। ਨਹੀਂ, ਬਹੁਤ ਲੋਕ ਵੀਡੀਓ ਪਾਉਂਦੇ ਆ, ਕੋਈ ਆਮਲੇਟ ਬਣਾ ਕੇ ਵੀਡੀਓ ਪਾਈ ਜਾਂਦਾ, ਕੋਈ ਪਾਉਂਦੇ ਨਹੀਂ ਜੋ ਮਾੜੀਆਂ ਚੀਜ਼ਾਂ ਬਣਾ ਕੇ ਵੀਡੀਓ ਪਾਈ ਜਾਂਦਾ, ਮਾੜੀਆਂ ਚੀਜ਼ਾਂ ਦਾ ਪਰ ਇਹੀ ਹੱਲ ਆ ਜੀ, ਹੈਨਾ ਵੀ ਉਹ ਕੁਆਲਿਟੀ ਫਸਟ ਨੰਬਰ ਹੋ ਜੀ ਆਪਣੀ। ਉਹਦੇ ਵਾਸਤੇ ਤੁਹਾਨੂੰ ਚੁੱਲ੍ਹਾ ਅੱਡ ਰੱਖਣਾ ਪਊਗਾ। ਹਾਂਜੀ, ਅੱਡ ਰੱਖਣਾ ਪਊਗਾ। ਤੇ ਜਿਹੜਾ ਉਹ ਸਿੱਧੇ ਚੱਕਰਾਂ ਵਾਲਾ, ਇਹ ਆਪਣਾ ਜੀ ਪਿਛਲੇ ਸੀਜ਼ਨ ਵੀ ਆਪਣਾ ਕਿਹੜਾ ਜਦੋਂ ਟਰੈਕਟਰ ਸਿੱਧਾ ਜਾ ਰਿਹਾ ਤਾਂ ਕਿਵੇਂ ਤਵੀਆਂ ਪਾਉਂਦੇ ਨੇ, ਹੈਰੋ ਪਾਉਂਦੇ ਨੇ ਲੋਕ, ਉਸ ਤਰ੍ਹਾਂ ਮੁੜੂਗਾ ਜੀ। ਬ੍ਰੇਕਾਂ ਵਾਲੇ ਪਾਸੇ ਨਹੀਂ, ਕਲੱਚ ਵਾਲੇ ਪਾਸੇ ਟਰੈਕਟਰ ਮੁੜੂਗਾ। ਇਹ ਕਲੱਚ ਵਾਲੇ ਪਾਸੇ ਕਿਉਂ ਮੁੜੂਗਾ? ਅਗਲੇ ਦੇ ਹੱਥ ਲੱਗਿਆ ਹੁੰਦਾ, ਕਿਉਂ ਹਰੇਕ ਸਾਧਨ ਕਲੱਚ ਵਾਲੇ ਪਾਸੇ ਮੋੜਦਾ ਬੰਦਾ। ਜਦੋਂ ਬ੍ਰੇਕਾਂ ਵਾਲੇ ਪਾਸੇ ਮੋੜਦਾ ਤਾਂ ਹੱਥ ਉੱਕਦਾ ਹੈ ਤੇ ਕਈ ਵਾਰ ਕਿੱਲਾ ਵੀ ਟੱਪ ਜਾਂਦਾ ਬੰਦਾ, ਬੱਟ ਬੁੱਟ ਟੱਪ ਜਾਂਦਾ, ਫਿਰ ਨੁਕਸਾਨ ਥੱਲੋਂ ਲੱਗਦਾ ਜੀ, ਫਿਰ ਟਰੈਕਟਰ ਦਾ ਵੀ ਨੁਕਸਾਨ ਕਰਦਾ। ਇਸੇ ਕਰਕੇ ਆਪਾਂ ਇਹ ਹਰੇਕ ਰੀਪਰ ਆਪਣਾ ਸਿੱਧੇ ਘੇਰੇ ਮੁੜੂਗਾ ਜੀ, ਇਹ ਆਪਣੀ ਜ਼ਿੰਮੇਵਾਰੀ ਹੈ ਜੀ। ਕਿਉਂਕਿ ਨਾ ਸਿੱਧੇ ਘੇਰੇ ਵਾਲੀ ਗੱਲ ਬਾਈ ਪਤਾ ਕੀ ਆ, ਜਦੋਂ ਤੋਂ ਆਪਣੇ ਬਜ਼ੁਰਗ ਸਦੀਆਂ ਤੋਂ ਹਲ ਵਾਹੁਣ ਲੱਗੇ ਆ, ਹਾਂਜੀ, ਉਹ ਐਸੇ ਲੋਟ ਹੀ ਬਲਦ ਬੁਲਦ ਸਾਰਾ ਕੁਛ ਐਸੇ ਲੋਟ ਹੀ ਮੋੜਦੇ ਰਹੇ। ਹਾਂਜੀ, ਐਸੇ ਲੋਟ ਮੋੜਦੇ, ਮੁੱਢ ਤੋਂ ਲੈ ਕੇ ਕੋਈ ਕਣਕ ਵੱਢਦੇ ਆ, ਕੋਈ ਹੋਰ ਆ, ਸਾਰਾ ਕੁਛ ਪਹਿਲਾ ਗੇੜਾ ਬੰਦਾ ਉਹ ਉਸੇ ਲੋਟ ਹੀ ਲਾਉਂਦਾ। ਹਾਂਜੀ ਹਾਂ, ਉਹ ਤਕਰੀਬਨ ਆਦਤ ਆ ਜਿਹੜੀ ਉਹ ਹੀ ਪਈ ਹੁੰਦੀ ਆ ਬੰਦੇ। ਹਾਂਜੀ, ਤੇ ਜਦੋਂ ਕਿਰਾਏ ਤੇ ਪਾ ਕੇ ਲਿਆਉਂਦਾ ਰੀਪਰ ਉਹਨੂੰ ਬਾਲਾ ਚੱਕਰ ਪੈਂਦਾ। ਹਾਂਜੀ ਹਾਂ, ਹੈਨਾ। ਨੰਬਰ 2 ਤੇ ਜੀ ਆਪਾਂ ਇਹ ਬਿਲਡਰ ਵਾਲੇ ਵਾਸਤੇ ਆਪਾਂ ਇੱਕ ਸਪੈਸ਼ਲ ਰੀਪਰ ਇਹ ਬਣਾਏ ਨੇ ਇਸ ਵਾਰ ਇਹ। ਹਾਂ, ਇੱਕ ਤਾਂ ਜੀ ਇਹਦੀ ਕਿਹੜੀ ਆ ਸਾਈਡ ਆ ਜੀ, ਇਹ ਆਪਣੇ ਫੁੱਲ ਹੈਵੀ ਕਰਤੀ ਜੀ, ਇਹ ਕਿਵੇਂ ਟਰਾਲੀ ਦਾ ਫਰਸ਼ ਨਹੀਂ ਹੁੰਦਾ ਜੀ, ਓਨੀ ਮੋਟੀ 5 mm ਮੋਟੀ ਕਰਤੀ, ਪਲੇਨ ਆ ਜੀ ਦੇਖੋ ਸਿਰੇ ਤੋਂ ਸਿਰੇ। ਬਾਕੀ ਇਹਦਾ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਕਿੰਨੀ ਕੁ ਪਾਵਰ ਹੈ। ਚਲ 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 ਆਹ ਥੋੜਾ ਬਹਿ, ਥੋੜਾ ਮਾਰ ਕੇ ਦਿਖਾ। ਹਾਂ ਦੇਖੋ ਜੀ ਇਹਦੇ ਪਾਵਰ ਹੈ ਜੀ, ਜਾਣ ਤਾਂ ਇਹ ਥੋੜਾ ਕੱਢਦੀ ਹੈ, ਲੋਕ ਆਹ ਰੀਪਰ ਬਣਾਉਂਦੇ ਨੇ। ਇੱਥੇ ਦੇਖ ਲਓ ਇੱਧਰ ਦੀ ਆ ਪ੍ਰੀਤ, ਆ ਜਾ ਪ੍ਰੀਤ ਇੱਧਰਲੇ ਪਾਸੇ ਆ ਜਾ, ਲੋਕ ਆਹ ਬਣਾਉਂਦੇ ਨੇ। ਆਹ ਹਾਲ ਹੁੰਦਾ ਲੋਕਾਂ ਵਾਲੇ ਰੀਪਰਾਂ ਦਾ, ਵਿੱਚ ਦੀ ਆਰ ਪਾਰ ਨਿਕਲ ਗਈ। ਇਹ ਤੇ ਇਹ ਆਪਣੀ ਕੁਆਲਿਟੀ ਦਾ ਇਹ ਅੰਤਰ ਹੈ ਜੀ। ਉਹ ਤੋਂ ਬਾਅਦ ਜੀ ਅਗਲਾ ਗੇਅਰ ਕਹਿ ਦਿੰਦਾ ਤੁਹਾਡਾ ਗੇਅਰ ਤਾਂ ਨੀ ਮਾੜਾ, ਖੜਾ ਕਰਿਆ ਕਰਨ, ਖੜਾ ਕਰਿਆ ਰੀਪਰ। ਚਲੋ ਜਦੋਂ ਰੀਪਰ ਚਲਾਉਂਦਾ ਜੀ ਸਾਰਿਆਂ ਨੂੰ ਵੱਧ ਲੋਡ ਕਿੱਥੇ ਆਉਂਦਾ ਤੁਹਾਡੇ ਹਿਸਾਬ ਨਾਲ? ਹਾਂ, ਇਸ ਮੇਨ ਥਾਂ ਤੇ ਸ਼ਾਫਟ ਤੇ ਆਊਗਾ ਜੀ। ਸੋਨੇ ਮਾਰਕ ਦੇਖਣਾ, ਸੋਨੇ ਮਾਰਕ ਦੇਖ ਲਓ, ਮੈਂ ਇੱਥੋਂ ਪਾਸੇ ਆਸੇ ਵੱਜ ਗਿਆ, ਮੂੰਹ ਨਾ ਪਾ ਲਾ ਲਾ। ਸਾਰਿਆਂ ਨੂੰ ਵੱਧ ਲੋਡ ਛਾਵੜ ਤੇ ਆਉਣਾ ਜੀ, ਬਾਡੀ ਤਾਂ 2 ਉਂਗਲਾਂ ਜਿੰਨੀ ਮੋਟੀ ਹੈ, ਉਹਦੇ ਚਾਹੇ JCB ਨਾ ਦੱਬੀ ਜਾਓ ਤਾਂ ਵੀ ਨਹੀਂ ਦੱਬਦੀ। ਲੋਡ ਆਊ ਇੱਥੇ, ਜੇ ਸਾਡੀ ਛਾਵੜ ਘੁੰਮ ਗਈ ਅਸੀਂ ਗੇਅਰ ਨਵਾਂ ਦੇ। ਫੁੱਲ ਜ਼ਿੰਮੇਵਾਰੀ ਹੈ ਜੀ, ਗੇਅਰ ਦੀ ਕੁਆਲਿਟੀ ਦਾ ਤਾਂ ਇੱਥੋਂ ਪਤਾ ਲੱਗਦਾ। ਇਹ ਜੀ ਮਸਲਾ ਐਂ ਨਹੀਂ ਹੈਗਾ, ਇਹ EN9 8 ਦੀ ਛਾਵੜ ਹੈ ਜੀ। ਅਸਲ ਦੇ ਵਿੱਚ ਤੇਰੀ ਇੰਜੀਨੀਅਰਿੰਗ ਵੀ ਕੀਤੀ ਵੀ ਹੈ ਨਾ, ਕੀਤੀ ਹੋਈ ਹੈ ਸਾਡੇ ਜੀ। ਮੈਨੂੰ ਐਂ ਸੀ ਪੁੱਛ ਨਿਕਲਣਾ ਨਹੀਂ, ਹੁਣ ਥੋੜੇ ਵੱਜ ਗਏ, ਇਹ ਥੋੜੇ ਨਾਲ ਨਿਕਲ ਜਾਂਦਾ ਜੇ
ਆਪਾਂ ਤਾਂ ਹੁਣ ਨਹੀਂ ਨਿਕਲਣਾ, ਹੁਣ ਦੇਖ ਲਓ ਕੱਢ ਕੇ ਨਿਕਲਣ ਲੱਗੇ, ਇਹ ਥੋੜ੍ਹੇ ਨਾਲ ਹੀ ਨਿਕਲੂਗਾ ਜੀ। ਜਿਹੜੇ ਕਹਾ ਜੀ ਉਹ ਲੂਜ ਹੋ ਜਾਂਦਾ ਸੀ, ਆਪਾਂ ਨੇ ਇੰਨੀ ਸ਼ਾਫਟ ਇਹ ਟੈਂਪਰ ਕਰਵਾ ਦਿੱਤੀ, ਨਾ ਤਾਂ ਇਹਦੀ ਚਾਬੀ ਵਿੰਗੀ ਹੋਵੇ, ਨਾ ਮੰਨ ਲਓ ਰੋਲੀ ਜੀ ਹੋਵੇ, ਫੁੱਲ ਜ਼ਿੰਮੇਵਾਰੀ ਹੈ ਚੀਜ਼ ਦੀ ਜੀ। ਅਗਲਾ ਕਹਿ ਤਾਂ ਦਿੰਦਾ ਗੇਅਰ ਆ, ਇਹਦੀ ਕਸਾਈ ਖਤਮ ਹੋ ਗਈ, ਕਸਾਈ ਖਤਮ ਹੋ ਗਈ ਜੀ। ਜੇ ਨਟ ਵੀ ਢਿੱਲਾ ਹੋ ਗਿਆ ਸਾਹ ਦੇ ਜੂ, ਪਰ ਆਹ ਵੜਦੀ ਰਹੇਗੀ, ਇੰਨੀ ਟੈਂਪਰ ਹੋ ਗਈ ਜੀ। ਮੰਨ ਲਓ ਇਹ ਮੰਨ ਲਓ ਅਗਲਾ ਗੇਅਰ ਕਹਿ ਦਿੰਦਾ, ਗੇਅਰ ਦਾ ਜ਼ੋਰ ਤਾਂ ਇੱਥੇ ਹੀ ਪੈਣੇ, ਇੱਥੇ ਸਾਰਾ ਇੱਥੇ ਜ਼ੋਰ ਆਉਣਾ। ਹਾਂ, ਜਦੋਂ ਬੱਟ ਚ ਫਸੂ ਜਿੰਨੇ ਟਰੈਕਟਰ ਦੀ ਜਾਨ ਆ ਉਹ ਇੱਥੇ ਆਉਣੀ, ਇੱਥੇ ਆਉਣੀ, ਇੱਥੇ ਆਉਣੀ, ਹੋਰ ਕਿਤੇ ਨਹੀਂ ਆਉਣੀ। ਹਾਂ, ਇੱਥੇ ਮਰੋੜਾ ਪਾਉਣਾ। ਹਾਂਜੀ, ਇੱਥੇ ਮਰੋੜਾ ਪਾਉਣਾ। ਹੁਣ ਤੁਸੀਂ ਆਹ ਦੇਖ ਲਓ ਸਾਈਡ, ਸਾਈਡ ਇੰਨੀ ਤਕੜੀ ਕਿਉਂ ਹੈ ਜੀ, ਇਹ ਘਣ ਦੀ ਸਾਈਡ ਚੱਲ ਨਹੀਂ ਸਕਦੀ। ਆਹ ਦੇਖੋ ਜੀ, ਇਹ ਜੀ 5 mm ਹੈ, ਜਿਵੇਂ ਕਿ ਟਰਾਲੀ ਦਾ ਫਰਸ ਹੁੰਦਾ। ਇਹ ਸਾਰਾ ਪੱਲਾ ਨਾ ਇੱਕ ਹੀ ਬਣਾਇਆ ਹੋਇਆ, ਇੱਕੋ ਹੀ ਆ, ਇੱਕੋ ਹੀ ਆ ਜੀ, ਬਿਨਾਂ ਜੋੜ ਤੋਂ ਹੈ। ਅੱਛਾ, ਇਹਦੇ ਆਹ ਥੱਲੇ ਐਂਗਲ ਨਹੀਂ ਲਾਈ ਹੋਈ, ਆਹ ਚਾਦਰੀ ਮੋੜੀ ਵੀ ਆ, ਚਾਦਰੀ ਮੋੜੀ ਹੋਈ ਹੈ ਜੀ ਇਹ 5 mm ਦੀ। ਹਾਂ, ਇੱਥੋਂ ਕੱਟ ਲਾ ਕੇ ਚਾਦਰੀ ਮੋੜਤੀ, ਚਾਦਰੀ ਮੋੜੀ ਹੋਈ ਹੈ ਜੀ, ਚਾਦਰ ਪ੍ਰੈਸ ਤੇ ਬੈਂਡ ਪਾ ਕੇ ਜੀ ਚਾਦਰੀ ਮੋੜੀ ਹੋਈ ਹੈ, ਤੇ ਆਹ ਥੱਲੇ ਲਾਤੀ ਕਸਮ, ਇਹ ਥੱਲੇ ਡਬਲ ਕਰਦੇ ਜੀ, ਇਹਦੇ ਵਿੱਚ ਵੀ ਫਰਕ ਹੈ ਜੀ। ਸਿੱਧਾ ਕਰਿਆ ਦੀਪਰ, ਹਾਂ ਲਓ ਜੀ, ਸਿੱਧਾ ਕਰੋ ਦੀਪਰ ਲਵੇ। ਇਹ ਪ੍ਰੀਤ ਬੰਦੇ ਕਰਿੰਦੇ ਆ ਯਾਰ, ਹੈ ਨਾ, ਮੰਨਦਾ ਤੂੰ ਗੱਲ। ਅਗਲਾ ਕਹਿ ਦਿੰਦਾ ਜੀ ਅਸੀਂ ਥੱਲੇ ਡਬਲ ਪੱਤੀ ਲਾਈ, ਡਬਲ ਪੱਤੀ ਆਹ ਰੀਪਰ ਤੇ ਡਬਲ ਪੱਤੀ ਲੱਗੀ, ਦੇਖੀ ਵੀਰੇ ਮਾੜਾ ਜਿਹਾ, ਆਹ ਦੇਖੋ ਜੀ, ਐਂ ਲੋਕ ਲਾਉਂਦੇ ਨੇ, ਆਹ ਟੱਕਰ ਬਣ ਜਾਂਦੀ ਆ ਉਰੇ, ਟੱਕਰ ਨਾਲ ਕੀ ਹੁੰਦਾ ਅੱਗੇ ਫੂਸ ਲੱਗ ਕੇ ਨਾਲ ਤੁਰ ਪਾਉਂਦਾ, ਨਾਲੇ ਤਾਂ ਸਾਡੀ ਪੱਤੀ ਲਾਈ ਹੋਈ ਹੈ, ਨਾਲੇ ਟੱਕਰ ਨਹੀਂ ਹੈਗੀ। ਅੱਛਾ, ਇਹਨੂੰ ਕਹਿੰਦੇ ਨੇ ਜੀ ਚੀਜ਼ ਆ, ਦੇਖੋ ਜੀ ਇਹ ਅਸੀਂ ਅੰਦਰ ਹੀ ਅੰਡਰਗਰਾਊਂਡ ਕਰਦੀ, ਨਾਲੇ ਤਾਂ ਇਹ ਪੱਤੀ ਲੱਗੀ ਹੋਈ ਹੈ ਥੱਲੇ ਡਬਲ ਕੇ ਸਰਨ ਦੋ, ਨਾਲੇ ਮੂਹਰੇ ਟੱਕਰ ਨਹੀਂ ਹੈਗੀ, ਪਲੇਨ ਮਿਲੂ। ਆਪਣੇ ਰੀਪਰ ਜੇ ਖਾਸੀਅਤ ਹੈ ਜੀ, ਸੋਨੂੰ ਐਂ ਪਿਛਲੇ ਸੀਜ਼ਨ ਵੀ ਦਿਖਾਇਆ ਸੀ ਵੀ ਆਪਣਾ ਰੀਪਰ ਚੱਲਦੇ ਰੀਪਰ ਚ ਫੁੱਲ ਲਿਫਟ ਚੱਕ ਲਓ, ਕੋਈ ਨੁਕਸਾਨ ਨਹੀਂ, ਚੱਲਦੇ ਰੀਪਰ ਰੀਪਰ ਚ ਐਂ ਫੁੱਲ ਚੱਕ ਦਾਂਗੇ। ਖੇਤਾਂ 'ਚ ਕੀ ਹੁੰਦਾ ਜੀ, ਵੱਡੀਆਂ ਵੱਟਾਂ ਹੁੰਦੀਆਂ ਨੇ, ਭੜਿਆਵਾਂ ਹੁੰਦੀਆਂ ਨੇ, ਅਗਲਾ ਪਹਿਲਾਂ ਕ੍ਰੋਸ ਕੱਢਦਾ ਫਿਰ ਰੀਪਰ ਸਿਰੇ ਚੱਕਦਾ ਫਿਰ ਟਪਾਉਂਦਾ, ਆਪਣਾ ਹੀ ਚੱਕੂ ਜੀ, ਦਿਖਾ ਵੀ ਦਿੰਦੇ ਆਪਣੇ। ਚਲੋ ਆ ਜਾਓ, ਕਰਨੀ ਅੱਜ ਡੈਮੋ ਹੀ ਦੇਖਾਂਗੇ। ਹਾਂ ਚਲੋ 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 ਚੱਕੋ। ਅਸਲ ਦੇ ਵਿੱਚ ਨਾ ਇਹਦੇ ਤਾਂ ਚੱਕੇ ਵੇ ਤਾਂ ਚੱਲਣ ਦਾ ਹੋਰ ਵੀ ਕਰਨਾ, ਹੋਰ ਚੱਕਦੇ ਬਾਈ ਪਤਾ ਲੱਗੇ, ਹੋਰ ਚੱਕਦੇ, ਹੋਰ ਚੱਕਦੇ ਤਾਂ ਲਿਫਟ ਚੱਕੋ, ਚੱਕਦੇ ਲਿਫਟ ਚੱਕਦੇ, ਜਿਹੜਾ ਉੱਧਰ ਗੇਅਰ ਬਾਹਰ ਆ ਜਾਂਦਾ ਉਹਦਾ ਕਰਕੇ ਚੱਕਿਆ। ਹਾਂਜੀ ਹਾਂ, ਥੱਲੇ ਇਹ ਕਿਹੜਾ ਆਪਾਂ ਨੇ ਇਹ ਲੰਬਾਈ ਵਧਾ ਦਿੱਤੀ ਜੀ, ਇਹ ਇਹੀ ਕਾਰਨ ਆ ਜੀ ਵੀ ਕਿਵੇਂ ਕੋਈ ਐਡੇੜੀਆਂ ਪੜਾਉਂ ਆਉਂਦੇ ਨੇ ਲੱਖ ਲੱਖ ਤੱਕ ਦੀਆਂ, ਟਰੈਕਟਰ ਟੇਢਾ ਹੋ ਕੇ ਸਿਰੇ ਲਿਫਟ ਕਰਕੇ ਗੇਅਰ ਪਏ ਪੁਆਏ ਜੀ ਵੀ ਟੱਪੂ ਆਪਣਾ ਰੀਪਰ, ਨੰਬਰ 2 'ਤੇ ਵਾਈਬ੍ਰੇਸ਼ਨ ਨਹੀਂ ਕਰੂਗਾ ਉਹ ਮੈਂ ਸਾਫ਼ ਕਰ ਦੇਣਾ। ਅਗਲਾ ਕਹਿੰਦਾ ਤੁਹਾਡੇ ਰੀਪਰ 'ਤੇ ਗਲਾਸ ਗਿਰਦਾ ਤਾਂ ਨਹੀਂ, ਆਹ ਪਿਆ ਜੀ ਕਹਿੰਦੇ ਟਿੱਕ ਗਿਆ, ਇਹ ਟਿੱਕ ਗਿਆ ਜੀ, ਆਪਾਂ ਇਹਦੀ ਕਿਹੜੀ ਕੁੰਡੀ ਨਹੀਂ ਬਣਾਉਣੀ, ਬੈਲੈਂਸ ਕੱਢ ਕੇ ਬਣਾਉਣੇ ਜੀ, ਇਹ ਲੋਕਾਂ ਵਾਂਗੂ ਨੇ ਦੋ ਕਰੀਆਂ ਪੱਤੀਆਂ ਇਕੱਠੀਆਂ ਅਤੇ ਅਗਲੇ ਨੂੰ ਲੈ ਜਾਓ ਕੁੰਡੀ, ਫਿਰ ਅਗਲਾ ਫਿਰ ਕੱਲੀ ਕੱਲੀ ਲੱਤ ਲੀਪਰ ਜਾਂਦਾ ਅਗਲਾ ਵਿਚਾਰਾ ਜ਼ਿੰਮੇਦਾਰ, ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਜੀ, ਧੜਕਾ ਐਂ ਕਰੀ ਜਾਂਦਾ, ਨਹੀਂ ਕੁਛ ਨਹੀਂ ਕਰਦਾ ਜੀ ਆਪਣਾ ਰੀਪਰ, ਐਂ ਸਾਈਲੈਂਟ ਚੱਲੂਗਾ ਜੀ। ਚੌੜੇ ਚੌੜੇ ਕਿੰਨੇ ਕੁ ਬਣਦੇ ਆ, ਉਹ ਵੀ ਕਿਸੇ ਨੂੰ ਪਵਾ ਕੇ ਤੋਰਨਾ, ਉਹ ਡਿਲੀਵਰੀ ਦਿੱਤੀ ਹੈ ਜੀ, ਉਹ ਜਾ ਰਹੇ ਨੇ ਬੰਦੇ ਅਤੇ ਟੈਂਪੂ ਆ ਰਹੇ ਨੇ ਅਤੇ ਹੋਰ ਵੀ ਆ ਰਹੇ ਨੇ ਬੰਦੇ, ਕਿੱਥੇ ਕਿੱਥੇ ਦੇ ਦੇਣਾ ਡਿਲੀਵਰੀਆਂ, ਕਿੱਥੇ ਕਿੱਥੇ ਪਹੁੰਚ ਹੋ ਜਾਂਦੀ ਹੈ ਇਹ ਜੀ? ਆਪਣੇ ਯੂਪੀ MP ਗੁਜਰਾਤ ਸਾਰੇ ਜਾਂਦਾ ਜੀ, ਆਪਣਾ ਇਹ ਜ਼ਿਆਦਾ ਰੀਪਰ ਗੁਰਦਾਸਪੁਰ ਸਾਈਡ ਤਰਨ ਤਾਰਨ ਇੱਧਰ ਜ਼ਿਆਦਾ ਵਿਕਦਾ ਜੀ ਆਪਣਾ ਰੀਪਰ, ਇਹ ਇੱਧਰ ਦੇ ਲੋਕ ਮੰਨ ਲਓ, ਪਰ ਆਪਣੇ ਕਿਹੜੇ ਰੀਪਰ ਦਿੱਤੇ ਤੇ ਇੰਨੇ ਕੁ ਵਧੀਆ ਰਿਜ਼ਲਟ ਮਿਲਿਆ ਲੋਕਾਂ ਦਾ, ਮਤਲਬ ਸਪੈਸ਼ਲ ਆਪਾਂ ਨੂੰ ਦੁਕਾਨ 'ਤੇ ਆ ਕੇ ਮਿਲ ਕੇ ਗਏ ਨੇ ਜੀ ਵੀ ਬਾਈ ਤੇਰਾ ਰੀਪਰ ਨੇ ਸਵਾਦ ਦਿੱਤਾ, ਸਵਾਦ ਆ ਗਿਆ। ਹਾਂਜੀ, ਚੌੜਾ ਕਿੰਨਾ ਕੁ ਬਣ ਜਾਂਦਾ? ਚਲੋ ਜੀ ਆਪਾਂ 7 ਫੁੱਟ ਤੱਕ ਰੀਪਰ ਬਣਾਉਣੇ,
7 ਫੁੱਟ ਦਾ ਕਰੀਪਰ ਬਣਾਉਣ ਦਾ ਕੀ ਕਾਰਨ ਹੈ ਜੀ? ਅੱਜ ਕੱਲ ਹਰੇਕ ਜ਼ਿਮੀਦਾਰ ਲਵੇ ਵੱਡੇ ਟਰੈਕਟਰ ਜਿਹੜੇ ਚੌੜੇ ਟਾਇਰਾਂ ਵਾਲੇ 16 ਦੇ ਟਾਇਰਾਂ ਵਾਲੇ। ਅਗਲਾ ਕਹਿੰਦਾ 16 ਦੇ, ਹੁਣ ਤਾਂ 17 ਦੇ ਟਾਇਰ ਵੀ ਪਾਉਣ ਲੱਗੇ ਜੀ ਲੋਕ। ਹਾਂ ਫਿਰ ਉਹ ਟਾਇਰਾਂ ਵਾਲਾ ਜਗ੍ਹਾ ਨਹੀਂ ਵੱਢਦਾ ਜੀ, ਜਿਹੜਾ ਛੋਟਾ ਰੀਪਰ ਆ, ਕਿਵੇਂ ਗਿਆ 6 ਫੁੱਟਾ ਰੀਪਰ ਜਾਂ 6.25। ਹਾਂ ਇਹ ਟਾਇਰਾਂ ਵਾਲੀ ਜਗ੍ਹਾ ਨਹੀਂ ਵੱਢਦਾ ਜੀ। ਹੁਣ ਅਸੀਂ ਇਹ 60 ਹੌਸ ਪਾਵਰ ਤੋਂ ਉੱਪਰਲੇ ਟਰੈਕਟਰਾਂ ਤੇ 7 ਫੁੱਟਾ ਰੀਪਰ ਦਿੰਦੇ ਜੀ, ਬੇਚਿੰਤਕ ਹੋ ਗਏ। ਨਹੀਂ ਉਹਦੇ ਵਿੱਚ ਮਾਲ ਰਹਿਣ ਲੱਗ ਜਾਂਦਾ। ਮਾਲ ਕਿਵੇਂ ਰਹਿ ਜੂਗਾ ਜੀ? ਅਸੀਂ ਮੈਂ ਤੁਹਾਨੂੰ ਵੀਡੀਓ ਦੂੰ ਚੱਲਦੇ ਰੀਪਰ ਦੀ ਵਿੱਚ ਐਡ ਕਰਿਓ, ਅਗਲੇ ਨੂੰ ਜ਼ਿਮੀਦਾਰ ਨੂੰ ਦਿਖਾਇਓ ਵੀ ਐਂ ਚੱਲਦਾ। ਜੇ ਮਾਲ ਫਸ ਗਿਆ ਮੇਰੀ ਜ਼ਿੰਮੇਵਾਰੀ ਹੈ, ਮੈਂ ਵਾਪਸ ਲਊਂਗਾ ਜੀ ਰੀਪਰ ਉਸੇ ਟਾਈਮ। ਅੱਛਾ, ਜੇ ਟਰੈਕਟਰ ਲੋਡ ਲੈ ਜੇ, ਸਫਾਈ ਨਾ ਦੇਵੇ, ਹਰੇਕ ਚੀਜ਼ ਦੀ ਫੁੱਲ ਜ਼ਿੰਮੇਵਾਰੀ ਹੈ ਜੀ। ਇਹ ਹਰੇਕ ਦੇ ਵਾਹ ਦੀ ਗੱਲ ਨਹੀਂ ਹੈਗੀ ਜੀ 7 ਫੁੱਟਾ ਕਾਮਯਾਬ ਕਰਨਾ। ਇਹ ਅਸੀਂ ਮੰਨ ਲਓ ਇਹਦੇ ਕਿਹੜੇ ਕਰਚਾ ਵੱਢਣ ਦੀ ਸਪੀਡ ਹੈ 6 ਫੁੱਟ ਜਿੰਨੀ ਰੱਖੀ ਹੋਈ ਹੈ, ਉਦੋਂ ਬਾਅਦ ਜੀ 1 ਇੰਚੀ ਟੇਬ ਲੈ ਗਈ ਚੱਕੀ ਚੱਕੀ ਇੰਚੀ ਟੇਬ। ਪ੍ਰੀਤ ਇਹ ਤਾਂ ਗੱਲ ਨਾ ਜਿਵੇਂ ਅਦਾਲਤ ਦੇ ਵਿੱਚ ਨਹੀਂ ਬੰਦਾ ਸਬੂਤ ਦਿੰਦਾ ਹੁੰਦਾ, ਨਾਲ ਦੇ ਨਾਲ ਸਬੂਤਾਂ ਨਾਲ ਗੱਲ ਕਰਦਾ ਇਹ। ਲੋਕਾਂ ਦਾ ਕੀ ਹੈ ਜੀ, ਬਣਾ ਕੇ ਨੀਵੇਂ ਜੇ ਰੀਪਰ ਛੋਟੇ ਛੋਟੇ ਜੇ ਬਣਾ ਕੇ, ਅਗਲਾ ਕਹਿੰਦਾ ਇਹ ਟਰੈਕਟਰ ਵੱਡਾ ਖਿੱਚਦਾ ਨਹੀਂ, ਇਹਦੀ ਨਾਲ ਇਹ ਵੀ ਉਚਾਈ ਵਧਾਉਣੀ ਪਊਗੀ। ਹਾਂ 1.5 ਇੰਚ ਉਚਾਈ ਹੋ ਗਈ ਦੀ, ਉਹ ਬਣਾਉਂਦੇ ਨੇ 18 ਇੰਚੀ। 18 ਇੰਚੀ ਤੇ 1.5 ਇੰਚ ਦੇ ਵਿੱਚ ਫਰਕ ਕਿਉਂ ਨਹੀਂ ਪਊ? ਇਹਦਾ ਮਾਲ ਜ਼ਿਆਦਾ, ਇਹਨੂੰ ਜਗ੍ਹਾ ਵੀ ਵੱਧ ਦੇਤੀ। ਵੱਧ ਜਗ੍ਹਾ ਦੇਣ ਦਾ ਮਸਲਾ ਇਹੀ ਹੈ ਵੀ ਇਹਨੂੰ ਮਾਲ ਨਿਕਲ ਨੂੰ ਜਗ੍ਹਾ ਵੱਧ। ਉਦੋਂ ਬਾਅਦ ਅਗਲਾ ਕਹਿੰਦਾ ਵੀ ਇਹਦੇ ਛੁਰੀ ਵੀ ਤਾਂ ਫੁੱਟ ਦੀ ਉਹ ਲੱਗਦੀ ਹੈ, ਜਿਹੜੇ ਵੀ ਮੰਨ ਲਓ ਕਰਚੇ ਵੱਢਦੇ ਨੇ ਵੀਰ ਆਪਣੇ, ਜਦੋਂ ਮਰਜ਼ੀ ਚੈੱਕ ਕਰ ਲੈਣਾ, ਛੁਰੀ ਦਾ 5 ਇੰਚ ਹਿੱਸਾ ਹੀ ਵੱਢਦਾ ਹੁੰਦਾ। ਅੱਛਾ, ਪਿਛਲੀ ਖਾਲੀ ਹੁੰਦੀ ਹੈ, ਪੁਰਾਣੀ ਛੁਰੀ ਚੱਕੀ ਉਰੋਂ। ਲੈ ਇਹ ਤਾਂ ਸਬੂਤ ਹੀ ਦਿੰਦਾ ਪ੍ਰੀਤ। ਆਹ ਚੱਲੀ ਹੋਈ ਛੁਰੀ ਹੈ ਜੀ, ਆਹ ਨਵੀਂ ਹੈ, ਇਹ ਘਸ ਘਸ ਕੇ ਇੰਨੀ ਰਹਿ ਗਈ, ਸਿੱਧੀ ਉਹ ਹੋ ਗਈ ਘਸ ਘਸ ਕੇ। ਇਹ ਕਾਰਨ ਕੀ ਹੈ? ਇੰਨੀ ਉਹ ਕੰਮ ਕਰਦੀ ਹੁੰਦੀ ਹੈ। ਜੇ ਕਿਸੇ ਦੇ ਮਨ 'ਚ ਹੋਵੇ ਪਤਾ ਨਹੀਂ ਇਹ ਸਾਰੀ ਉਹ ਵੱਢੂਗੀ, ਸਾਰੀ ਨਹੀਂ ਵੱਢਦੀ ਹੁੰਦੀ। ਇਹ ਤਾਂ ਜਿੰਨਾ ਕੁ ਟਰੈਕਟਰ ਕਹਾਂ ਤੋਂ ਇੰਨਾ ਕੁ ਹੀ ਬਾਹਰ ਕੱਢੀ ਜਾਂਦਾ ਮਾਲ ਵੱਢ ਵੱਢ ਕੇ। ਇਹ ਕੋਈ ਇਹ ਨਹੀਂ ਹੈਗਾ ਵੀ ਆਪਾਂ ਫੁੱਟ ਦੀ ਲਾਤੀ ਜਾਂ 1.5 ਫੁੱਟ ਦੀ ਕਰਨੀ ਪੂਰੀ ਪਰ ਵੱਡਾ ਕਰਤਾ, ਨਾ ਇਹ ਤਾਂ 4 ਇੰਚ ਨਹੀਂ ਵੱਢਣਾ, ਇਸ ਨੇ ਗਰਦ ਠਾਲਦੀ ਹੈ, ਆਪਣੀ ਜ਼ਿੰਮੇਵਾਰੀ ਹੈ ਜੀ। ਹਾਂ ਵੀ ਜੇ ਮੰਨ ਕੇ ਚੱਲ ਵੀ ਇਹ ਇੰਨੀ ਕੰਮ ਕਰਦੀ ਹੈ ਤਾਂ ਵੱਧ ਤੋਂ ਵੱਧ ਇੰਨੀ ਕਰਨ ਲੱਗ। ਹਾਂ ਬਸ ਇਹ ਗੱਲ ਨਹੀਂ ਹੈਗੀ ਵੀ ਪਤਾ ਨਹੀਂ ਜੇ ਆਪਾਂ ਰੀਪਰ ਵੱਡਾ ਕਰਤਾ, ਪਤਾ ਨਹੀਂ ਛੁਰੀ ਵੀ ਸਾਲੀ ਵੱਡੀ ਕਰਨੀ, ਛੁਰੀਆਂ ਕਿੱਥੋਂ ਲਿਆਵਾਂਗੇ ਵੱਡੀਆਂ? ਕਿਹੜੀ ਚੀਜ਼ ਬਾਜ਼ਾਰ 'ਚ ਮਿਲਦੀ ਆ ਉਹੀ ਆਪਾਂ ਮੰਨ ਲਓ ਲੈ ਸਕਦੇ ਹਾਂ ਜੀ। ਮੰਨ ਲਓ ਇਹਦਾ ਇੰਨਾ ਕੁ ਪਾਰਟ ਹੀ ਕੰਮ ਕਰਨਾ। ਜਿਹੜੇ ਕਿਸਾਨ ਵੀਰ ਆਪਣੇ ਰੀਪਰ ਚਲਾਉਂਦੇ ਨੇ ਚਾਹੇ ਤਜਰਬਾ ਕਰ ਲੈਣ, ਮੈਨੂੰ ਜੇ ਕਮੈਂਟ ਕਰ ਦੇਣ ਵੀ ਇਹ ਆਪਣੀ ਗੱਲ ਸਹੀ ਹੈਗੀ ਕਿ ਨਹੀਂ। ਬਾਕੀ ਆ ਕਿਸਾਨ ਖੜੇ ਨੇ, ਇਹ ਵੀ ਰੀਪਰ ਮੇਰਾ ਚੌਥਾ ਰੀਪਰ ਲੈਣ ਆਏ ਨੇ ਬੰਦੇ। ਹਾਂ ਚੌਥਾ ਰੀਪਰ ਤਾਂ ਲੈਣ ਆਏ ਨੇ, ਇਹਨਾਂ ਨੂੰ ਆਪਣੀ ਚੀਜ਼ ਪਸੰਦ ਹੈ। ਇਸ ਵਾਰ ਵੀ ਮੈਂ ਮਿਲਿਆ ਨਹੀਂ ਦੋ ਵਾਰ ਦੁਕਾਨ 'ਤੇ, ਤੀਜੀ ਵਾਰ ਦੁਬਾਰੋਂ ਆ ਗਿਆ, ਮੂੰਹ 'ਤੇ ਖੜੇ ਨੇ, ਪੁੱਛ ਲਓ ਬਾਈ ਕਿਹੜੇ ਪਿੰਡ ਤੋਂ ਆਏ ਆ? ਅਰਨੋ ਪਿੰਡ ਵੀਰ ਜੀ ਆਪਣਾ। ਹੋਰ ਕੀ ਕੰਮ, ਹੋਰ ਕਿਹੜਾ ਕੰਮ ਕਰਦੇ ਤੁਸੀਂ? ਹੋਰ ਵੀਰ ਜੀ ਆਪਣਾ ਕੰਬਾਈਨਾਂ ਦਾ ਵੀ ਆ ਕੰਮ, ਰਿਪਰਾਂ ਦਾ ਵੀ ਆ, ਸੁਪਰ ਸੀਟਰ ਦਾ ਵੀ ਆ, ਸਾਰੇ ਕੰਮ ਕਰਦੇ ਵੀਰ ਜੀ। ਮਤਲਬ ਸੰਦਾਂ ਦਾ ਤਜਰਬਾ ਤੁਹਾਨੂੰ? ਹਾਂਜੀ ਹਾਂ ਵੀਰ ਜੀ ਪੂਰਾ ਜੀ, ਤਾਂ ਹੀ ਤਾਂ ਵੀਰ ਕੋਲ ਆਏ ਹਾਂ ਜੀ, ਇੱਥੇ ਅੱਗੇ ਵੀ ਲੈ ਗਏ, ਹੁਣ ਵੀ ਲੈ ਕੇ ਜਾਣੇ 3 ਪੀਸ। ਨਹੀਂ ਇਹ ਬੰਦਾ ਕਰਿੰਦਾ ਬਿਲਕੁਲ ਜੀ, ਨੰਬਰ 1 ਇਹਨੇ ਤਾਂ ਕਹਿਣਾ, ਮੈਂ ਵੀ ਕਹਿਣਾ, ਮੈਂ ਪੈਸੇ ਲਏ ਆ, ਇਹਨੇ ਪੈਸੇ ਵਟਣੇ ਆ। ਭਾਜੀ ਸਭ ਤੋਂ ਨੰਬਰ 1 ਤੇ ਇਹਨਾਂ ਨੇ ਜਿਹੜਾ ਇਹ ਸਾਹ ਲਾਇਆ ਨਾ, ਕੁਆਲਿਟੀ ਦਾ ਗੇਅਰ ਬਕਸਾ ਨੰਬਰ 1 ਨੇ ਜੀ, ਠੀਕ ਆ ਜੀ। ਨੰਬਰ 2 ਵੇਖੋ ਜੀ, ਆ ਸਾਈਡ ਵਾਲੀ ਚਾਦਰ ਲਾਈ ਆ ਬਹੁਤ ਵਧੀਆ, ਤੇ ਯਾਨੀ ਕਿ ਜਾਨੀ ਉਹ ਚਾਦਰ ਜਿਹੜੀ ਦੂਸਰੇ ਦੀ ਵਿਖਾਈ ਆ ਨਾ, ਵੇਖੋ ਉਹਨਾਂ ਨੇ ਥੋੜਾ ਵੀ ਮਾਰਿਆ ਤੁਹਾਡੇ ਸਾਹਮਣੇ, ਇਹ 'ਤੇ ਵੀ ਮਾਰਿਆ, ਉਸ ਚਾਦਰ ਦੀ ਕਸਾਈ ਹੋ ਜਾਂਦੀ, ਅੰਦਰੋਂ ਇਹਦੀ ਕਸਾਈ ਨਹੀਂ ਹੋਣੀ ਜੀ ਬਿਲਕੁਲ ਵੀ। ਹਾਂਜੀ ਹਾਂ, ਇਹ ਖਤਮ ਨਹੀਂ ਹੋਣੀ ਚਾਦਰ ਛੇਤੀ, ਉਹ ਲਵਾਉਣੀ ਪੈ ਜੂ ਦੂਜੇ ਸੀਜ਼ਨ 'ਚ, ਇਹ ਨਹੀਂ ਲਵਾਉਣੀ ਪੈਂਦੀ 4 ਸਾਲ ਜੀ। ਉਹ ਜੇ ਆਪਾਂ ਗੱਲ ਕਰੀਏ ਤਾਂ 50,000 ਫਿਰ ਇਹਨਾਂ ਦੀ ਟੈਕਨੋਲੋਜੀ ਥੱਲੇ ਵੇਖੋ, ਜਿਹੜਾ ਥੱਲੇ ਇਹਨਾਂ ਨੇ ਵਿਖਾਇਆ ਨਾ ਆਪਾਂ ਨੂੰ ਅੱਗੇ ਕਪਲੀਨ, ਉਹ ਟੇਪਰ ਆ ਨਾ ਜੀ। ਹਾਂ ਤੇ ਉਹ ਟੇਪਰ ਆ, ਜੇ ਮਾੜੀ ਜੀ ਲੂਜ਼ ਵੀ ਹੁੰਦੀ ਹੋਣੀ ਨਹੀਂ ਆ ਬਲਦੇ, ਜੇ ਹੁੰਦੀ ਨਾਟ ਕੱਸੋ ਨਾਲ ਦੀ ਨਾਲ ਜਾਮ, ਦੂਜੀ ਨੂੰ ਜਿੰਨਾ ਮਰਜ਼ੀ ਚਿਕ ਨਟ ਕਰੀ ਜਾਓ ਨਹੀਂ ਰੁਕਦੀ ਬਿਲਕੁਲ ਵੀ। ਹਾਂਜੀ ਜਿਹੜੀ ਉਹ ਟੇਪਰ ਆ, ਹਾਂਜੀ ਉਹ ਜਿੰਨਾ ਆਪਾਂ ਲੂਜ਼ ਹੋਈ ਉਹਨੇ ਗਾਹ ਤੱਕ, ਹਾਂ ਉਹਨਾਂ ਆਪਣਾ ਨਟ ਥੱਲੇ ਕੱਸ ਲਓ ਨਾਲ ਦੀ ਨਾਲ ਜਾਮ। ਹਾਂਜੀ
ਇਹ ਚੀਜ਼ਾਂ ਕਰਕੇ ਵੀਰ ਕੋਲ ਆਏ ਆ ਜੀ ਅਸੀਂ ਲੈਣ ਪੇਪਰ ਦਾ ਕੇਸ ਆ ਹਾਂਜੀ ਹਾਂ ਬਿਲਕੁਲ ਜੀ ਪੇਪਰ ਦਾ ਉਹ ਜਿੰਨੀ ਤਾਂ ਨੂੰ ਚੜਾਈ ਚਲੋ ਜਿੰਨੀ ਲੂਜ ਹੋਈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂ ਜਮਾਂ ਸਹੀ ਹੈ ਬਿਲਕੁਲ ਮਤਲਬ ਤੇਰੇ ਵੱਲੋਂ ਪਾਸ ਹੈ ਬਿਲਕੁਲ ਜੀ ਤਿੰਨ ਖੜਨੇ ਆ ਜੀ ਵੀਰ ਨੂੰ ਕਹਿ ਕੇ ਗਏ ਆ ਪਹਿਲਾਂ ਵੀ ਆਏ ਉਦੋਂ ਮਿਲੇ ਨਹੀਂ ਤੇ ਅੱਜ ਆਏ ਆ ਜੀ ਅੱਜ ਮਿਲੇ ਆ ਵੀਰ ਤੂੰ ਤੁਹਾਡੀ ਭਾਸ਼ਾ ਅੰਮ੍ਰਿਤਸਰ ਪਾਸੇ ਹਾਂਜੀ ਹਾਂਜੀ ਹੈ ਤਾਂ ਸਾਡਾ ਪਿੰਡ ਅਰਨੂ ਆ ਬਾਜੀ ਪਰ ਲਾ ਲਓ ਪਿਛਲਾ ਪਿੰਡ ਤੁਸੀਂ ਇਧਰੋਂ ਹੀ ਲਾ ਲਓ ਤੁਹਾਡੀ ਭਾਸ਼ਾ ਉਧਰਲੇ ਪਾਸੇ ਉਧਰਲੇ ਪਾਸੇ ਵਾਲੇ ਆ ਬਾਈ ਹੁਣ ਲੈ ਆ ਜਾ ਫਿਰ ਹੋਰ ਚੁਰੀਆਂ ਬਾਰੇ ਵੀ ਦੱਸ ਦੇ ਹੁਣ ਜਾਣਕਾਰੀ ਚੁਰੀਆਂ ਦਾ ਵੀ ਕੋਈ ਸਬੂਤ ਦੇ ਦੇ ਪ੍ਰੀਤ ਆਪਾਂ ਨੂੰ ਹੈਂ ਚੁਰੀ ਜੀ ਇਹਦਾ ਗੱਲ ਕਰ ਪਹਿਲਾਂ ਤਾਂ ਆ ਕ੍ਰੋਸ ਦੀ ਕ੍ਰੋਸ ਦਾ ਗੱਲ ਕ੍ਰੋਸ ਚਲੇ ਲੈ ਲੈ ਇੱਕੋ ਗੱਲ ਹੈ ਹਾਂ ਇੱਕ ਆਪਾਂ ਲਾਉਣੇ ਜੀ ਆ ਕ੍ਰੋਸ ਇਹ ਨਾ ਜੀ ਇਹਦੇ ਉੱਪਰ ਲਿਖਿਆ ਹੁੰਦਾ ਜੀ EN8D ਇਹ ਜੀ ਬਹੁਤ ਹੀ ਹਾਰਡ ਮਟੀਰੀਅਲ ਹੈ ਇਹ ਪੰਜੂ ਕੰਪਨੀ ਦੀ ਜੋਕ ਆ ਜੀ ਇਹ ਮੰਨ ਲਓ ਬਹੁਤ ਹੀ ਮੰਨ ਲਓ ਟੌਪ ਦੀ ਜੋਕ ਹੈ ਜੀ ਅੱਛਾ ਠੀਕ ਹੈ ਜੀ ਇਹ ਇੱਥੋਂ ਕੀ ਹੈ ਇੱਥੋਂ ਲਾ ਲਓ ਚਲੋ ਇੱਥੋਂ ਇਹ 3 ਇੰਚ ਮੋਟੀ ਹੈ ਜੀ ਆਮ ਕੀ ਲਾਉਂਦੇ ਨੇ ਆਮ ਦੂਜੀ ਹਲਕੀ ਲਾਉਂਦੇ ਨੇ ਜੀ ਆਮ ਇਹ ਲਾਉਂਦੇ ਨੇ ਜੀ ਇਹ ਇੱਥੋਂ 1.5-2 ਇੰਚੀ ਹੈ ਅੱਛਾ ਜਦੋਂ ਇੱਥੇ ਜ਼ੋਰ ਪਾਇਆ ਜਾਂਦਾ ਨਾ ਇੱਥੋਂ ਇਹ ਸੁੱਭ ਵਾਂਗੂ ਵੱਟ ਦਿੰਦੇ ਨੇ ਲੋਕ ਅੱਜ ਕੱਲ੍ਹ ਟਰੈਕਟਰ ਬਹੁਤ ਵੱਡੇ ਵੱਡੇ ਨੇ 65-70 ਹਾਰਸ ਪਾਵਰ ਦੇ ਟਰੈਕਟਰ ਨੇ ਇਹਨਾਂ ਦੇ ਵਾਹ ਦੀ ਗੱਲ ਨਹੀਂ ਜੀ ਹੁਣ ਇਸੇ ਕਰਕੇ ਅਸੀਂ ਆਹ ਪੰਜੂ ਕੰਪਨੀ ਦੀ ਜੋਗ ਲਾ ਰਹੇ ਹਾਂ ਜੀ ਇਹ ਤਾਂ ਤੁਸੀਂ ਆਪਦੀ ਸਰਵਿਸ ਬਚਾਉਣ ਦੀ ਖਾਤਰ ਲਾ ਰਹੇ ਹੋ ਸਰਵਿਸ ਵੀ ਜੀ ਪਤਾ ਕੀ ਹੈ ਜੀ ਇੱਕ ਦੋ ਰੀਪਰਾਂ ਦਾ ਸਾਨੂੰ ਆਇਆ ਜੀ ਪਿਛਲੀ ਵਾਰ ਕੰਪਲੇਂਟ ਕੱਲੇ ਕ੍ਰੋਸ ਦੀ ਉਹ ਵੀ ਖੁਸ਼ਕੀ ਚੱਕ ਪਈ ਹੈ ਜੀ ਹਾਂ ਵੀ ਜਿਹੜਾ ਰੀਪਰ ਕੇਰਾਂ ਲੈ ਗਿਆ ਸਾਨੂੰ ਫੋਨ ਨਾ ਕਰੇ ਅਗਲਾ ਤਾਂ ਬਸ ਆਪਦਾ ਕੰਮ ਕਰੇ ਉਦੋਂ ਬਾਅਦ ਨੰਬਰ 2 ਤੇ ਜੀ ਇੱਕ ਆਪਣੀ ਆਹ ਰੋਡਾ ਕੰਪਨੀ ਦੀ ਛੁਰੀ ਹੈ ਜੀ ਇਹ ਹਾਂਜੀ ਇਹ ਕਿਵੇਂ ਆ ਇੱਕ ਤੂੜੀ ਵਾਲਾ ਬਲੇਡ ਤੁਸੀਂ ਆਪ ਦੇਖਦੇ ਹੋ ਇੱਕ ਤਾਂ ਸ਼ਾਰਪ ਦਾ ਹੁੰਦਾ ਹੈ ਇੱਕ ਆਮ ਦੇਸੀ ਹੁੰਦਾ ਹੈ ਕਿਹੜਾ ਸ਼ਾਰਪ ਦਾ ਬਲੇਡ ਹੁੰਦਾ ਉਹ ਸਟੈਲਕੋ ਪੱਤਰੇ 'ਚ ਹੁੰਦਾ ਇਹ ਉਹ ਪੱਤਰੇ 'ਚੋਂ ਤਿਆਰ ਕਰਵਾਈ ਹੋਈ ਹੈ ਇਹ ਸਪੈਸ਼ਲ ਹੈ ਜੀ ਇਹ ਮੰਨ ਲਓ ਸਿਰੇ ਤੋਂ ਸਿਰੇ ਹਾਰਡ ਹੁੰਦੀ ਹੈ ਕਹਿਣ ਦਾ ਭਾਵ ਇਹਦੇ ਨਾਲ ਚਾਹੇ ਇੱਟਾਂ ਵੱਢ ਲਓ ਕੁਛ ਵੱਢ ਲਓ ਕਿੱਥੇ ਮਰਜ਼ੀ ਵੱਜ ਜੇ ਇਹ ਖਰਾਬ ਨਹੀਂ ਹੁੰਦੀ ਜੀ ਠੀਕ ਆ ਇੱਕ ਜੀ ਆਪਣੇ ਮੰਨ ਲਓ ਸਟੀਲ ਦੀ ਛੁਰੀ ਆਉਂਦੀ ਹੈ ਇੱਕ ਆਪਣੇ ਲਈ ਵਿਆਹ ਇਹ ਵੱਢ ਕੇ ਤਿਆਰ ਕਰਦੇ ਜੀ ਅਸੀਂ ਠੀਕ ਆ ਇਹ ਵੱਢ ਕੇ ਤਿਆਰ ਕਰਕੇ ਅਸੀਂ ਦੋਨੇ ਸੈਟ ਦੇਵਾਂਗੇ ਜੀ ਰੀਪਰ ਦੇ ਨਾਲ ਇੱਕ ਸੈਟ ਆ ਦੇਵਾਂਗੇ ਇੱਕ ਆ ਜੀ ਜਿਹੜੇ ਗਾਹਕ ਦਾ ਮਨ ਖੜਦਾ ਜਿਹੜਾ ਉਹ ਚਲਾ ਲਈ ਜੀ ਕੋਈ ਦਿੱਕਤ ਨਹੀਂ ਦੋਨੇ ਸਾਡੇ ਕੋਲ ਅਵੇਲੇਬਲ ਨੇ ਜਿਹੜੀ ਅਗਲੇ ਦੀ ਖੁਸ਼ੀ ਹੈ ਜਿਹੜੀ ਅਗਲੇ ਦੀ ਖੁਸ਼ੀ ਆ ਹਰੇਕ ਦੀ ਆਪਦੀ ਮਨਪਸੰਦ ਹੁੰਦੀ ਹੈ ਜੀ ਰੀਪਰ ਸਾਈ ਤੇ ਬਣਦਾ ਕਿ ਬਣੇ ਬਣਾਏ ਪਏ ਹੁੰਦੇ ਆ ਇਹ ਸਾਡੇ ਲਵੇ ਆਰਡਰ ਤੇ ਬਣਦਾ ਆਰਡਰ ਤਾਂ ਸਾਡੇ ਪੂਰਾ ਨਹੀਂ ਹੁੰਦਾ ਜੀ ਅੱਛਾ ਜਿੰਨੇ ਆ ਪਏ ਆ ਇਹ ਸਾਰੇ ਆਰਡਰ ਆ ਹਾਂਜੀ ਆਰਡਰ ਨੇ ਇਹ ਜੀ ਇਹ ਅੱਜ ਤੁਹਾਨੂੰ ਦੇਖ ਰਹੇ ਨੇ ਇਹ ਪਰਸ ਨੂੰ ਆ ਕੇ ਮੇਰੇ ਲਵੇ ਮਿਲਣਾ ਨਹੀਂ ਇੱਕ ਦੋ ਪੀਸ ਟਾਮਾਟਾਲੀ ਮਿਲੂ ਰੋਜ਼ 10 ਪੀਸ ਬਣਦੇ ਨੇ 10 ਹੀ ਜਾਂਦੇ ਨੇ ਅੱਛਾ ਇਹ ਨਿਕਲ ਜਾਂਦੇ ਆ ਨਿਕਲ ਜਾਂਦੇ ਆ ਜੀ ਕਿੰਨੇ ਦਿਨਾਂ 'ਚ ਦੇ ਦਿੰਦੇ ਆ ਆਰਡਰ ਆ ਜਿਹੜਾ ਜੇ ਅੱਜ ਦਿੰਦਾ ਜੀ ਆਪਾਂ ਨੂੰ ਘੱਟੋ ਘੱਟ ਹਫ਼ਤਾ ਤੱਕ ਤਾਂ ਮੈਨੂੰ ਦੇਣਾ ਪਊਗਾ ਜੀ ਰੀਪਰ ਲੈਣ ਵਾਸਤੇ ਹਾਂ ਨੰਬਰ 2 ਤੇ ਜੀ ਇੱਕ ਮੇਰੀ ਛੋਟੀ ਜੀ ਗੱਲ ਹੋਰ ਰਹਿ ਗਈ ਕਿਵੇਂ ਹੁਣ ਆਪਾਂ ਬੇਲਰਾਂ ਵਾਸਤੇ ਆ ਸਪੈਸ਼ਲ ਬਣਾਉਣੇ ਆ ਰੀਪਰ ਕਿਹੜਾ ਇਹ ਆਹ ਬਾਡੀ 'ਚ ਪਲੇਟ ਬਾਡੀ 'ਚ ਕਹਿ ਦਿੰਦੇ ਇਹਨੂੰ ਆਪਾਂ ਬਿਨਾਂ ਟੱਕਰ ਵਾਲਾ ਇਹ ਕੀ ਆ ਬੇਲਰਾਂ ਦੇ ਜੀ ਦਿਨ ਰਾਤ ਵੱਢਣਾ ਰਾਤ ਨੂੰ ਵੀ ਚੱਲਣਗੇ ਦਿਨੇ ਵੀ ਉਹਨਾਂ ਨੇ ਤਾਂ ਮੰਨ ਲਓ ਆਪਦਾ ਟਾਰਗੇਟ ਪੂਰਾ ਕਰਨਾ ਕਿਵੇਂ 5000 ਕਿੱਲਾ ਵੱਢਣਾ ਉਹਨਾਂ ਨੇ ਤਾਂ ਮੰਨ ਲਓ ਟਾਰਗੇਟ ਪੂਰਾ ਕਰਨਾ ਵੀ ਉਹਨਾਂ ਜਿੰਨੇ ਰੀਪਰ ਨੇ ਦਿਨ ਰਾਤ ਚੱਲਣਗੇ ਇਹ ਲਾਉਣ ਦਾ ਇਹ ਵੀ ਮਕਸਦ ਸੀਗਾ ਵੀ ਚਾਦਰ ਨਾ ਘੱਸ ਕੇ ਮੋਗੇ ਨਿਕਲ ਜਾਂਦੇ ਤੇ ਸਾਈਡ ਤੋਂ ਹੁਣ ਇਹ ਉਂਗਲ ਜਿੰਨੀ ਮੋਟੀ ਚਾਦਰ ਹੈ ਇਹ ਘਸੂ ਵੀ ਨਹੀਂ ਜਿੰਨਾ ਮਰਜ਼ੀ ਵੱਢੀ ਜਾਣ ਦਿਨ ਰਾਤ ਜਿਵੇਂ ਮਰਜ਼ੀ ਵੱਢੇ ਨਾ ਕੋਈ ਕੰਪਲੇਂਟ ਨਹੀਂ ਆਊ ਮੰਨ ਲਓ ਬਿਲਰਾਂ ਦੇ ਵੀਰਾਂ ਨੂੰ ਇੱਕ ਬਿਲਰਾਂ ਕਰਕੇ ਅਸੀਂ ਨਾ ਜੀ ਭੰਮੀਰੀ ਥੋੜ੍ਹੀ ਜਿਹੀ ਬਿਲਰਾਂ ਦੇ ਹਿਸਾਬ ਨਾਲ ਥੋੜ੍ਹੀ ਜਿਹੀ ਨੀਵੀਂ ਕੀਤੀ ਅੱਗੇ ਨਾਲੋਂ ਅੱਛਾ ਵੀ ਜ਼ਿਆਦਾ ਵਾਹ ਵੀ ਜੜ ਚੋਂ ਵੱਡੇ ਵੀ ਕਿਹੜਾ ਟੇਡਾ ਜਾਂ ਕਿਹੜਾ ਕੰਬਾਈਨ ਦਾ ਦੱਬਿਆ ਹੋਇਆ ਖਰਚਾ ਹੁੰਦਾ ਨਾ ਉਹ ਬਚ ਜਾਂਦਾ ਉਹ ਮੁੜ ਕੇ ਬੇਲਰ ਨਹੀਂ ਚੱਕਦਾ ਬੇਲਰ ਨਹੀਂ ਚੱਕਦਾ ਤੇ ਜਦੋਂ ਰੈਕ ਫੇਰਦੇ ਤੇ ਫਿਰ ਉਹ ਜੜਾਂ ਹੀ ਦਿਖੀ ਜਾਂਦੀਆਂ ਹੁੰਦੀਆਂ ਉਹ ਇਹ ਨੀਵੀਂ ਕਰਨ ਦਾ ਇਹ ਕਾਰਨ ਹੈ ਜੀ ਵੀ ਉਹ ਜਦੋਂ ਅਗਲੇ ਨੇ ਜ਼ਿੰਮੀਦਾਰ ਨੇ ਫੇਰਤਾ ਰੀਪਰ ਥੱਲੋ ਸਫਾਈ ਕਰਦਾ ਜਾਊ ਦਾਤੀ ਮੰਗ ਫੁੱਲ ਜ਼ਿੰਮੇਵਾਰੀ ਹੈ ਜੀ ਇਹ ਚੀਜ਼ ਵੀ ਜਿਹੜੇ ਟਾਇਰਾਂ ਨਾਲ ਉਹ ਕਰਚੇ ਐਂ ਹੋ ਜਾਂਦੇ ਟੇਡੇ ਹੋ ਜਾਂਦੇ ਨੇ ਉਹ ਫੂਸ ਜਿਹਾ ਰਹਿ ਜਾਂਦਾ ਸੀ ਛਾਂਗ ਜਿਹੀ ਦਿੰਦਾ ਸੀ ਹੁਣ ਇਹ ਜੜੀ ਕੱਢਦਾ ਜਾਊਗਾ
ਐ ਨਹੀਂ ਹੈਗਾ ਵਾਹਣ ਜਾਂ ਅਗਲੇ ਉਦੋਂ ਬਾਅਦ ਤਵੀਆਂ ਫੇਰ ਲੈਣਾ ਗੜਬੇ ਵਰਗਾ ਵਾਹਣ ਹੋਊਗਾ ਚੱਟਿਆ ਪਿਆ ਹਾਂਜੀ ਹਾਂ ਉਦੋਂ ਬਾਅਦ ਜੀ ਆਪਾਂ ਜਿਹੜੀ ਵੀ ਆਪਾਂ ਮੀਰੀ ਬਣਾਉਣੇ ਆਹ ਆਪਾਂ ਬੈਲੈਂਸ ਕੱਢ ਕੇ ਬਣਾਉਣੇ ਜੀ ਆਪਾਂ ਮਿੱਗ ਤੇ ਪੱਕੀਆਂ ਕਰਦੇ ਹਾਂ ਸਾਰੀਆਂ ਠੀਕ ਆ ਉਹ ਆਪਣਾ ਮਿੱਗ ਵੈਲਡਿੰਗ ਆ ਜੀ ਇਹਦਾ ਤੁਹਾਨੂੰ ਆਮ ਸੁਣਿਆ ਹੋਊਗਾ ਇੱਕ ਟਾਂਕਾ ਲੱਗਿਆ ਹੈ ਕੱਚਾ ਜਿਹਾ ਟਾਂਕਾ ਵੀ ਨਹੀਂ ਟੁੱਟਦਾ ਹੈਗਾ ਜੀ ਆਪਾਂ ਇਹਦੇ ਗੜਬੇ ਵਰਗੀਆਂ ਪੱਕੀਆਂ ਲੇੜਾਂ ਲਾਉਣੀਆਂ ਵੀ ਇਹ ਅਗਲਾ ਕੇਰਾਂ ਸਾਥੋਂ ਲੈ ਗਿਆ ਦੁਬਾਰਾ ਸਾਡੇ ਕੀ ਨਹੀਂ ਨਾ ਦੇਖੇ ਅਗਲੇ ਹੋਰ ਬੰਦੇ ਲੈ ਕੇ ਆਵੇ ਨੰਬਰ 2 ਤੇ ਜੀ ਆਪਾਂ ਭਵੀਰੀ ਏ ਸੀ ਦੀ ਗੱਲ ਕਰ ਲੈਣੇ ਚਲੋ ਇਹ ਜੀ ਆਹ ਸਾਰੀ ਇੱਥੋਂ ਲੈ ਕੇ 5 ਸੂਤ ਇੱਥੇ ਤੱਕ ਜਾਂਦੀ ਹੈ ਜੀ ਇਹ ਉਸ ਤੋਂ ਬਾਅਦ 4 ਸੂਤ ਉੱਪਰ ਲਾਉਣੇ ਆ 1 ਇੰਚੀ 1 ਸੂਤ ਮੋਟੀ ਹੈ ਜੀ ਇਹ ਹਾਂ ਇਹ ਅੱਜ ਕੱਲ੍ਹ ਵੱਡੇ ਟਰੈਕਟਰ ਨੇ ਜੀ ਇਹਨੂੰ ਮੋਸ ਕੇ ਧਰ ਦਿੰਦੇ ਨੇ ਮਾੜੀ ਨੂੰ ਇਹਦੇ ਕਰਕੇ ਜੀ ਪੂਰੀ ਹੈਵੀ ਹੈ ਸਾਡੀ ਜੀ ਇਹ ਪੂਰੀ ਮੰਨ ਲਓ ਜਿੰਨਾ ਮਰਜ਼ੀ ਦਿਨ ਰਾਤ ਵੱਡੀ ਜਾਵੇ ਸਾਡੀ ਬੁੱਟ ਦੇ ਉੱਤੇ ਲੱਗ ਗਿਆ ਇਹ ਜੀ ਮੈਂ ਤੁਹਾਨੂੰ ਦੱਸਦਾ ਇੱਕ ਛੋਟੀ ਜਿਹੀ ਗੱਲ ਕਿਸੇ ਨੇ ਖਿੱਚ ਚ ਫਸਾ ਦਿੱਤੀ ਟਰੈਕਟਰ ਮੂਹਰੋਂ ਤਾਂ ਜਾ ਕੇ ਥੱਲੇ ਗਿਰ ਗਿਆ ਪਰ ਆਪਣੀ ਭੂਮੇਰੀ 'ਚ ਵੱਢਦੀ ਇੰਨੀ ਜ਼ਿੰਮੇਵਾਰੀ ਹੈ ਰੀਪਰ ਦੀ ਇੱਕ ਜੀ ਆਪਣਾ ਰੀਪਰ ਸਬਸਿਡੀ ਪਾਸ ਹੈ ਜੀ ਇਹ ਸਬਸਿਡੀ ਅਪਰੂਵਡ ਹੈ ਜੀ ਜਿਹੜੇ ਜ਼ਿੰਮੀਦਾਰਾਂ ਦੀ ਸਬਸਿਡੀ ਨਿਕਲੀ ਹੋਈ ਹੈ ਸੀਰੀਅਲ ਨੰਬਰ ਸਾਰੇ ਤੇ ਲੱਗੇ ਹੋਏ ਨੇ ਬਿੱਲ ਪੱਕਾ ਮਿਲੂਗਾ ਪੱਕਾ ਬਿੱਲ ਜੀ ਆਪਦੀ ਸਬਸਿਡੀ ਲੈ ਕੇ ਆਵੇ ਤੇ ਜੀ ਅਗਲੇ ਦੀ ਇੱਥੇ ਆਉਣਾ ਪਊਗਾ ਜੀ ਜ਼ਿੰਮੀਦਾਰ ਨੂੰ ਆਪਦੀ ਮੰਨ ਲਓ ਜਿਹੜਾ ਵੀ ਉਹਨਾਂ ਦੀ ਸਬਸਿਡੀ ਦਾ ਫਾਰਮ ਹੈ ਉਹ ਮੇਰੇ ਕੋਲ ਲੈ ਕੇ ਆਉਣ ਇੱਥੇ ਮੈਂ ਮੰਨ ਲਓ ਬਿੱਲ ਕੱਟ ਕੇ ਦਊਂਗਾ ਜੀ ਔਨਲਾਈਨ ਫੋਟੋ ਵੀ ਹੋਊਗੀ ਸਾਰਾ ਕੁਛ ਇੱਥੇ ਹੀ ਹੋਣਾ ਜੀ ਠੀਕ ਹੈ ਮੇਰੇ ਪੋਰਟਲ 'ਤੇ ਸਾਰਾ ਕੁਛ ਚੜੂਗਾ ਜੀ ਐਵੇਂ ਨਹੀਂ ਹੈਗਾ ਵੀ ਇਕੱਲਾ ਆਪਾਂ ਪੱਕਾ ਬਿੱਲ ਦੇ ਤਾ ਅਗਲੇ ਨੂੰ ਸਬਸਿਡੀ ਮਿਲ ਗਈ ਇਹ ਘੁੰਗਰਾਹ ਵੀ ਨਾ ਹੋਣ ਲੋਕ ਵੀ ਮੰਨ ਲਓ ਐਵੇਂ ਵੀ ਸਬਸਿਡੀ ਨਹੀਂ ਦਿੰਦੀ ਗੌਰਮੈਂਟ ਗੌਰਮੈਂਟ ਪੂਰਾ ਪੱਕਾ ਕੰਮ ਕਰਕੇ ਦਿੰਦੀ ਹੈ ਜੀ ਅਗਲੇ ਨੂੰ ਆਉਣਾ ਪਊ ਮੇਰੇ ਨਾਲ ਵੀ ਫੋਟੋ ਹੋਊ ਮੇਰੀ ਵਰਕਸ਼ਾਪ ਨਾਲ ਫੋਟੋ ਹੋਊ ਇਕੱਲੇ ਦੀ ਵੀ ਫੋਟੋ ਹੋਊ ਇਕੱਲੇ ਜਿਹੜੇ ਸਾਧਨ ਤੇ ਜਾ ਰਿਹਾ ਉਹ ਵੀ ਨਾਲ ਆਨਲਾਈਨ ਚੱਲੂਗਾ ਜੀ ਐ ਨਹੀਂ ਹੈਗਾ ਪਹਿਲਾਂ ਵਾਲਾ ਕੰਮ ਵੀ ਬਿਲ ਜਾ ਕੇ ਰੀਪਰ ਕੋਈ ਹੋਰ ਬਿਲ ਕਿਸੇ ਦਾ ਹੋਰ ਸਬਸਿਡੀ ਮਿਲ ਗਈ ਹੁਣ ਨਹੀਂ ਮਿਲਦੀ ਜੀ ਉਹ ਕੰਮ ਨਹੀਂ ਰਿਹਾ ਜੀ ਆਪਣੇ ਸਬਸਿਡੀ ਅਪਰੂਵਡ ਆ ਜੀ 1 ਸਾਲ ਹੋ ਗਿਆ ਮੇਰਾ ਰੀਪਰ ਗਏ ਨੂੰ ਹਜੇ ਤੱਕ ਆਸ ਨਹੀਂ ਹੈਗੀ ਵੀ ਮੁੜੂਗਾ ਕਿ ਨਾ ਕਿਹੜਾ ਟੈਸਟਿੰਗ ਰਿਪੋਰਟ ਵਾਸਤੇ ਗਿਆ ਜੀ ਮਤਲਬ ਆਪਣਾ ਸਬਸਿਡੀ ਅਪਰੂਵਡ ਆ ਜੀ ਜਗਸੀਰ ਆਪਾਂ ਐਡਰੈਸ ਮਾੜਾ ਜਿਹਾ ਵੈਰੀਫਾਈ ਕਰਾ ਦਈਏ ਵੈਸੇ ਮੇਨ ਰੋਡ ਦੇ ਉੱਤੇ ਦੜਬੇ ਵੜਨ ਸਾਰੇ ਹਾਂਜੀ ਹਾਂ ਦੜਬੇ ਵੜਨ ਸਾਰੀ ਸਭ ਤੋਂ ਪਹਿਲਾਂ ਜੇ ਬਰਨਾਲੇ ਵਾਲੇ ਪਾਸਿਓਂ ਆਈਏ ਤਾਂ ਦੜਬੇ ਵੜਨ ਸਾਰ ਆ ਜਾਂਦੀ ਹੈ ਬਾਹਰਲੇ ਪਾਸੇ ਆ ਜਾ ਮਾੜਾ ਜਿਹਾ ਦਿਖਾ ਦਈਏ ਦਿਖਾ ਬਾਹਰਲੇ ਪਾਸੇ ਆਹ ਦੇਖ ਪ੍ਰੀਤ ਮਾੜਾ ਜਿਹਾ ਚੱਜ ਨਾਲ ਦਿਖਾ ਦੇ ਜਦੋਂ ਬਰਨਾਲੇ ਵਾਲੇ ਪਾਸਿਓਂ ਦੜਬੇ ਵੜੇ ਹਾਂਜੀ ਤਾਂ ਸਾਰਿਆਂ ਪਹਿਲਾਂ ਜਗਸੀਰ ਸਿੰਘ ਬਿਰਖੂ ਤੁਹਾਨੂੰ ਸੱਜੇ ਹੱਥ ਮੁੱਢ 'ਚ ਦੁਕਾਨਾਂ ਸ਼ੁਰੂ ਹੋਣ ਤੋਂ ਪਹਿਲਾਂ ਆਹ ਜਗਸੀਰ ਸਿੰਘ ਬਿਲਖੂ ਦਿਸੂਗਾ ਤੁਹਾਨੂੰ ਹਾਂਜੀ ਜਦੋਂ ਸੰਗਰੂਰ ਵਾਲੇ ਪਾਸੋਂ ਆਉਣਾ ਜੀ ਸਾਹਮਣੇ ਓਪੋਜਿਟ ਆਪਣੇ ਗੁਰੂ ਘਰ ਹੈ ਜੀ ਆਪਣੀ ਵਰਕਸ਼ਾਪ ਇੱਧਰ ਓਪੋਜਿਟ ਆ ਗੁਰੂ ਘਰ ਦੇ ਉਦੋਂ ਬਾਅਦ ਜਿਹੜਾ ਮੰਨ ਲਓ ਦੜਬੇ ਵੜਨ ਤੋਂ ਪਹਿਲਾਂ ਹੀ ਕੱਟ ਆਊਗਾ ਜੀ ਦੜਬੇ ਦਾ ਉਸੇ ਕੱਟ 'ਤੇ ਆਪਣੀ ਵਰਕਸ਼ਾਪ ਹੈ ਜੀ ਉੱਥੋਂ ਯੂ ਟਰਨ ਮਾਰ ਲੈਣਾ ਹਾਂਜੀ ਆਪਣੀ ਲੋਕੇਸ਼ਨ ਵੀ ਪੱਕੀ ਆ ਪੰਜਾਬ ਐਗਰੋ ਵਰਕਸ ਦੜਬਾ ਜੀ ਅਗਲਾ ਸਰਚ ਮਾਰ ਕੇ ਜਿਵੇਂ ਮਰਜ਼ੀ ਪਹੁੰਚ ਜੇ ਯੂਟਿਊਬ 'ਤੇ ਜੇ ਸਰਚ ਮਾਰਨੀ ਹੈ ਤਾਂ ਹਾਂਜੀ ਯੂਟਿਊਬ 'ਤੇ ਜਿੱਥੇ ਮਰਜ਼ੀ ਮਾਰ ਲਈ ਜੀ ਆਪਣੀ ਵਰਕਸ਼ਾਪ ਦਾ ਇੱਥੇ ਲੋਕੇਸ਼ਨ ਦੇਊਗਾ ਜੀ ਹਾਂ ਅਤੇ ਜਿਹੜੇ ਆਹ ਸਾਰੇ ਆਹ ਬਾਈ ਤਾਂ ਅੰਮ੍ਰਿਤਸਰੀਆ ਇਹਦੇ ਨਾਲ ਤਾਂ ਗੱਲ ਕਰ ਲਈ ਆਹ ਗਾਹਕ ਹੀ ਆ ਸਾਰੇ ਜਿਹੜੇ ਆਏ ਹੋਏ ਆ ਲੈ ਕੇ ਜਾਣੇ ਨੇ ਪਿਛਲੇ ਸੀਜ਼ਨ ਦਿੱਤੇ ਵੀ ਨੇ ਇਹਨਾਂ ਨੂੰ ਬਾਈ ਤੁਸੀਂ ਵੀ ਰੀਪਰ ਰਹਿਣੀ ਆਏ ਆ ਪਹਿਲਾਂ ਚੱਲਦਾ ਤੁਹਾਡੇ ਕੋਲ ਕਿ ਸੁਣ ਕੇ ਆਏ ਪਹਿਲੀ ਵਾਰ ਆਏ ਜੀ ਪਹਿਲੀ ਵਾਰ ਆਏ ਆ ਸੁਣ ਕੇ ਆਏ ਆ ਕਿਸੇ ਤੋਂ ਕੋ ਵੀਡੀਓ ਦੇਖ ਕੇ ਆਏ ਨਹੀਂ ਦਿਆਲਗੜ੍ਹ ਜੇਜੀਆਂ ਦੇ ਨੇ ਆਪਣੇ ਪਿੰਡ ਦੇ ਨੇ ਜੀ ਹਾਂਜੀ ਸਾਡੇ ਪਿੰਡ ਦੇ ਨੇ ਅੱਛਾ ਤੁਹਾਡੇ ਪਿੰਡ ਦੇ ਆ ਵਿਸ਼ਵਾਸ ਬਣਿਆ ਵਾ ਹਾਂਜੀ ਭਰੋਸਾ ਬਣਿਆ ਵਾ ਆਪਦੇ ਪਿੰਡ ਦੇ ਬੰਦੇ ਤਾਂ ਆਏ ਤਾਂ ਤੁਸੀਂ ਨਾਲ ਆਏ ਆ ਕਿ ਤੁਸੀਂ ਅੱਡ ਲੈਣਾ ਸਾਡੇ ਪਿੰਡ ਦਿਆਲਗੜ੍ਹ ਜੀ ਅਸੀਂ ਪਹਿਲਾਂ ਲੈ ਕੇ ਦੋ ਰੀਪਰ ਅੱਛਾ ਤੁਹਾਡੇ ਪਹਿਲਾਂ ਵਰਤਦੇ ਆ ਤੁਸੀਂ ਰੀਪਰ ਹਾਂਜੀ ਸਾਡੇ ਕਮਾਂਡ ਮੱਥੇ ਜੀ ਪਹਿਲਾਂ ਘਰੋਂ ਉੱਥੇ ਪਿੰਡ ਰਹਿੰਦੇ ਹੁੰਦੇ ਜੀ ਇਹ ਹਾਂ ਚੰਗਾ ਕੰਮ ਕਰਦਾ ਮੁੰਡਾ ਫੁੱਲ ਜੀ ਫੁੱਲ ਖੜਦਾ ਜ਼ਿੰਮੇਵਾਰੀ ਲੈ ਕੇ ਹੈ ਜੀ ਫੁੱਲ ਚਲੋ ਜੇ ਜ਼ਿੰਮੇਵਾਰੀ ਲੈਣੇ ਤਾਂ ਹੀ ਆਉਣੇ ਨੇ ਜੀ ਵਾਕਿਆ ਨਹੀਂ ਤਾਂ ਦੂਜੀ ਵਾਰ ਨਹੀਂ ਆਉਂਦਾ ਬੰਦਾ ਤੇ ਤੁਸੀਂ ਬਾਈ ਰੀਬੀ ਵਾਰ ਆਏ ਆ ਜੀ ਬਰੇਟਿਆਂ ਤੋਂ ਆ ਜੀ ਸੁਣ ਕੇ ਆਏ ਆ ਦੇਖ ਕੇ ਆਏ ਆ ਵੀਡੀਓ ਦੇਖ ਕੇ ਆ ਕਿਵੇਂ ਵੀਡੀਓ ਦੇਖੀ ਤੁਹਾਡੀ ਪਿਛਲੇ ਸਾਲ ਵਾਲੀ ਪਿਛਲੇ ਸਾਲ ਵਾਲੀ ਹਜੇ ਕੰਮ ਕਰੀ ਜਾਂਦੀ ਆ ਵੀਡੀਓ ਉਹ ਪਿਛਲੇ ਸਾਲ ਵਾਲੀ ਵੀਡੀਓ ਦੇਖੀ ਆ ਜੀ ਪੁਰਾਣਾ ਰੀਪਰ ਸੀ ਉਹ ਵੇਚਦਾ ਫਿਰ ਮਨ ਨਵਾਂ ਲੈ ਲੈਂਦੇ ਆ ਠੀਕ ਆ
ਤੇਰੇ ਅਗਲੇ ਸਾਲ ਰਿਵਿਊ ਲਵਾਂਗੇ। ਇਸ ਸਾਲ ਹਜੇ ਤੈਨੂੰ ਕੁਛ ਨਹੀਂ ਪੁੱਛ ਸਕਦੇ ਹੋਰ, ਪਰ ਤੂੰ ਦੇਖ ਚੱਲੂਗਾ, ਮੈਨੂੰ ਭਰੋਸਾ, ਤੂੰ ਮੈਨੂੰ ਲਾਂਭਾ ਨਹੀਂ ਦੇਵੇਗਾ। ਹੋਰ ਕਿਹੜਾ ਬੰਦਾ ਲੈਣ ਆਇਆ ਵਾ? ਆਹ ਵੀ ਭਾਈ ਆਇਆ ਵਾ ਰੀਪਰ ਲੈਣ, ਹੈ ਨਾ? ਇਹ ਵੀ ਬੰਦਾ ਰੀਪਰ ਲੈਣ ਆਇਆ ਬਾਈ, ਕਿੱਥੋਂ ਆਇਆ? ਬਾਈ ਮੈਂ ਪੀਪਲ ਸੇ ਤੋਂ ਆਇਆ। ਅੱਛਾ, ਪਹਿਲਾਂ ਚੱਲਦਾ? ਹਾਂਜੀ ਪਹਿਲਾਂ ਚੱਲਦਾ। ਚੰਗੇ ਬੰਦੇ ਆ? ਚੰਗੇ ਬੰਦੇ ਆ, ਵਧੀਆ। ਹੁਣ ਭਾਈ ਨੇ ਤਸੱਲੀ ਵੀ ਕਰਵਾ ਦਿੱਤੀ, ਥੋੜੇ ਮਰਵਾ ਕੇ ਗੇਅਰ ਬਕਸੇ ਵੱਲੋਂ ਵੀ, ਰੀਪਰ ਵੱਲੋਂ ਫੁੱਲ ਤਸੱਲੀ ਕਰਵਾ ਦਿੱਤੀ। ਹੋਰ ਤਾਂ ਕੀ ਹੁੰਦਾ? ਹੋਰ ਤਾਂ ਕੀ ਹੁੰਦਾ, ਹੋਰ ਗੇਅਰ ਬਕਸੇ ਦੀ ਗੱਲ ਹੁੰਦੀ, ਸਾਰੇ ਗੇਅਰ ਦੀ ਗੱਲ, ਗੇਅਰ ਦੀ ਗੱਲ ਆ, ਥੱਲੇ ਵਾਲੀ ਫਿਰਕੀ ਦੀ ਗੱਲ ਆ, ਬਾਡੀ ਦੀ ਗੱਲ, ਬਾਡੀ ਦੀ ਗੱਲ, ਹੈ ਨਾ? ਸਾਰਾ ਕੁਛ ਵਧੀਆ ਲਾਇਆ ਬਾਈ ਨੇ, ਬੰਦ ਸੰਤੁਸ਼ਟ ਹੋ ਗਿਆ। ਠੀਕ ਹੈ ਬਈ, ਬੰਦੇ ਵੀ ਮਜ਼ਬੂਤ ਆ, ਰੀਪਰ ਵੀ ਮਜ਼ਬੂਤ ਆ, ਰਾਧੇ ਵੀ ਮਜ਼ਬੂਤ ਆ, ਅਤੇ ਜੇ ਤੁਸੀਂ ਲੈਣਾ ਚਾਹੁੰਦੇ ਆ, ਸਬਸਿਡੀ ਪਾਸ ਹੈ, ਪੱਕਾ ਬਿੱਲ ਕੱਟ ਕੇ ਦੇਊਗਾ ਜੇ ਕਿਸੇ ਸੱਜਣ ਦੀ ਸਬਸਿਡੀ ਆਈ ਹੋਈ ਆ, ਅਤੇ ਬਾਈ ਹੁਣਾਂ ਨਾਲ ਸੰਪਰਕ ਤੁਸੀਂ ਕਰ ਸਕਦੇ ਆ। ਸੱਜਣ ਸਾਡੀਆਂ ਤਿੰਨ ਨਿਕਲੀਆਂ ਖੜਨੇ ਨੇ ਅੱਜ ਵੀਰ ਕੋਲ। ਅੱਛਾ, ਤਿੰਨ ਨਿਕਲੀਆਂ ਹੋਈਆਂ ਬਾਈ ਦੀਆਂ? ਤਿੰਨ ਨਿਕਲੀਆਂ ਜੀ। ਹਾਂਜੀ ਹਾਂਜੀ, ਕੀ ਬਾਤ! ਹਾਂਜੀ ਹਾਂਜੀ, ਇਹ ਵੀਰ ਦੇ ਨਾਂ ਤੇ ਨਿਕਲੀਆਂ ਜੀ। ਹਾਂਜੀ ਹਾਂਜੀ, ਤਿੰਨ ਰੀਪਰ ਲੈ ਜਾਣਗੇ ਕੱਟਣ।